ਜਦੋਂ ਬਾਦਸ਼ਾਹ ਔਰੰਗਜ਼ੇਬ 1658 ਵਿੱਚ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਉਹਦੇ ਦਿਲ ਵਿੱਚ ਪਾਪ ਦੀ ਬਿਰਤੀ ਆ ਗਈ। ਔਰੰਗਜ਼ੇਬ ਗੱਦੀ ਤੇ ਆ ਗਿਆ ਤੇ ਉਧਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਗੱਦੀ ਤੇ ਆ ਗਏ। ਪ੍ਰਗਟ ਹੋ ਗਏ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਤੇਗ ਬਹਾਦਰ ਹਨ, ਦਿੱਲੀ ਦੇ ਤਖ਼ਤ ਤੇ ਔਰੰਗਜ਼ੇਬ ਹੈ। ਕਹਿੰਦੇ ਔਰੰਗਜ਼ੇਬ ਨੇ ਤਖ਼ਤ ਤੇ ਬਹਿਣ ਲੱਗਿਆ ਇਹ ਪਰਣ ਕਰ ਲਿਆ। ਬਾਦਸ਼ਾਹ ਔਰੰਗਜ਼ੇਬ ਨੇ ਇਹ ਪਰਣ ਕੀਤਾ ਵੀ ਬੰਗਲਾਦੇਸ਼ ਤੋਂ ਲੈ ਕੇ ਜਿੱਥੋਂ ਤੱਕ ਮੇਰਾ ਰਾਜ ਹੈ, ਕਾਬਲ ਕੰਧਾਰ ਤੱਕ ਮੈਂ ਸਾਰਾ ਹਿੰਦੁਸਤਾਨ ਮੁਸਲਮਾਨ ਬਣਾ ਦੇਣਾ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਂਪੁਰਸ਼, ਬੜੀ ਬਲੀ ਪੁਰਸ਼ ਆਤਮਾ ਸਨ, ਉਹਨਾਂ ਦੀ ਮਹਿਮਾ ਵੀ ਜਗਤ ਵਿੱਚ ਪ੍ਰਗਟ ਹੋ ਗਈ। ਇਹਦੇ ਉੱਤੇ ਵੀ ਕੋਈ ਦੁੱਖ ਆਉਂਦਾ ਸੀ, ਕੋਈ ਮੁਸੀਬਤ ਆਉਂਦੀ ਸੀ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਚ ਆ ਜਾਂਦੇ ਸੀ ਤੇ ਗੁਰੂ ਸਾਹਿਬ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਸੀ। ਇਹ ਗੱਲ ਸਾਰੇ ਜਗਤ ਵਿੱਚ ਚੱਲ ਪਈ ਵੀ ਇਹ ਕੋਈ ਸੱਚੇ ਅਵਤਾਰ ਮਹਾਂਪੁਰਸ਼ ਹਨ। ਉਧਰੋਂ ਤੁਰਕਾਂ ਨੇ, ਔਰੰਗਜ਼ੇਬ ਬਾਦਸ਼ਾਹ ਨੇ ਜ਼ੋਰ ਪਾ ਦਿੱਤਾ, ਲੱਭ ਲੱਭ ਕੇ ਹਿੰਦੂਆਂ ਦੇ ਮੰਦਰ ਤੋੜੇ। 1100 ਮੰਦਰ ਮਥੁਰਾ ਸ਼ਹਿਰ ਚ ਤੋੜਿਆ ਇਕੱਲੇ। ਮਥੁਰਾ, ਪੁਸ਼ਕਰ, ਅਜਮੇਰ ਜਿੰਨੇ ਸਥਾਨ ਸੀਗੇ ਔਰੰਗਜ਼ੇਬ ਨੇ ਸਾਰੇ ਹਿੰਦੂਆਂ ਦੇ ਢਾਹ ਦਿੱਤੇ। ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਜਨਮ ਭੂਮੀ ਹੈ ਮਥੁਰਾ ਮੰਡਲ ਕੇ ਵਿਖੇ ਪ੍ਰਗਟਿਓ ਸ੍ਰੀ ਜਗ ਰਾਏ, ਜਿੱਥੇ ਭਗਵਾਨ ਦਾ ਜਨਮ ਹੋਇਆ ਉਹ ਜਨਮ ਭੂਮੀ ਵੀ ਮੰਦਰ ਢਾਹ ਕੇ ਤੇ ਉੱਥੇ ਮਸੀਤ ਬਣਾ ਦਿੱਤੀ ਔਰੰਗਜ਼ੇਬ ਨੇ। ਕਾਸ਼ੀ ਦੇ ਅੰਦਰ ਭਗਵਾਨ ਵਿਸ਼ਵਨਾਥ ਜੀ ਦਾ ਪ੍ਰਾਚੀਨ ਮੰਦਰ ਹੈ ਸ਼ਿਵ ਜੀ ਦਾ, ਔਰੰਗਜ਼ੇਬ ਨੇ ਢਾਹ ਕੇ ਉੱਥੇ ਮਸੀਤ ਬਣਾ ਦਿੱਤੀ। ਹੋਰ ਬੜੇ ਬੜੇ ਪੁਰਾਣੇ, ਪੁਸ਼ਕਰ ਬ੍ਰਹਮਾ ਦਾ ਪੁਰਾਣਾ ਮੰਦਰ, ਬਹੁਤ ਪੁਰਾਣਾ ਮੰਦਰ ਹੈ, ਉਹ ਵੀ ਢਾਹ ਕੇ 130 ਫੁੱਟ ਉੱਚਾ ਮੰਦਰ ਢਾਹ ਕੇ ਮਿੱਟੀ 'ਚ ਮਿਲਾ ਦਿੱਤਾ। ਤੀਰਥ ਪੁਸ਼ਕਰ ਨੂੰ ਪੂਰਨ ਦਾ ਵੀ ਯਤਨ ਕੀਤਾ, ਬੇਅੰਤ ਪਾਪ ਕੀਤੇ ਔਰੰਗਜ਼ੇਬ ਨੇ। ਹਿੰਦੂਆਂ ਨੂੰ ਚਿੰਤਾ ਪੈ ਗਈ ਹੁਣ ਕੀ ਕਰੀਏ, ਆਪਣਾ ਧਰਮ ਕਿਵੇਂ ਬਚਾਈਏ। ਹਿੰਦੂਆਂ ਨੇ ਉਹ ਸਲਾਹ ਕੀਤੀ ਹੁਣ ਇਸ ਤਰ੍ਹਾਂ ਕਰੀਏ, ਬਾਹਮਣਾਂ ਦੇ ਸਿਰ ਗਲ ਪਾ ਦਈਏ, ਬਾਹਮਣ ਸਾਡੇ ਗੁਰੂ ਨੇ ਸਾਡੇ ਤੋਂ ਪੂਜਾ ਲੈ ਕੇ ਖਾਂਦੇ ਨੇ, ਇਹਨਾਂ ਦੇ ਸਿਰ ਪਾ ਦਿੰਦੇ ਹਾਂ, ਇਹ ਆਪੇ ਨਜਿੱਠ ਲੈਣਗੇ। ਉਹਨਾਂ ਦੀ ਪਰਮਾਤਮਾ ਵੀ ਕਹਿੰਦੇ ਸੁਣਦਾ ਤੇ ਬਾਦਸ਼ਾਹ ਵੀ ਸੁਣੇਗਾ ਹੀ। ਉਹ ਚਾਰੇ ਹਿੰਦੂ ਗਰੀਬ ਬੇਬਸ ਸਨ, ਕਿਉਂਕਿ ਪ੍ਰਜਾ ਰਾਜੇ ਦੇ ਸਾਹਮਣੇ ਬੇਬਸ ਹੁੰਦੀ ਹੈ, ਕੋਈ ਚਾਰਾ ਨਹੀਂ ਚੱਲਦਾ ਲੋਕਾਂ ਦਾ। ਹਿੰਦੂਆਂ ਨੇ ਹੱਥ ਜੋੜ ਕੇ ਆਖਿਆ, ਹੱਥ ਜੋੜ ਕੇ ਕਹਿਣ ਲੱਗੇ, ਬਾਦਸ਼ਾਹ ਸਾਨੂੰ ਕੋਈ ਇਤਰਾਜ਼ ਨਹੀਂ ਮੁਸਲਮਾਨ ਬਣਨ ਦਾ, ਅਸੀਂ ਜਿੰਨੇ ਵੀ ਹਿੰਦੂ ਹਾਂ ਬਾਹਮਣਾਂ ਦੇ ਅਧੀਨ ਹਾਂ, ਸਾਡੇ ਗੁਰੂ ਬਾਹਮਣ ਹਨ, ਜੇ ਬਾਹਮਣ ਸਾਨੂੰ ਕਹਿੰਦੇ ਇੱਦਾਂ ਦਾ ਕਰਮ ਕਰੋ ਅਸੀਂ ਕਰਦੇ ਹਾਂ, ਬਾਹਮਣ ਕਹਿੰਦੇ ਸਵੇਰੇ ਉੱਠੋ ਅਸੀਂ ਉੱਠਦੇ ਹਾਂ, ਬਾਹਮਣ ਕਹਿੰਦੇ ਪੂਜਾ ਕਰੋ ਅਸੀਂ ਕਰਦੇ ਹਾਂ, ਬਾਹਮਣ ਕਹਿੰਦੇ ਮੂਰਤੀ ਪੂਜਾ ਕਰੋ ਤਾਂ ਕਰਦੇ ਹਾਂ, ਜੇ ਬਾਹਮਣ ਕਹਿੰਦੇ ਵੇਦ ਪਾਠ ਕਰਾਓ ਅਸੀਂ ਕਰਾਉਂਦੇ ਹਾਂ, ਜੋ ਬਾਹਮਣ ਕਹਿੰਦੇ ਆ ਜਨੇਊ ਚੱਕੇ ਦੀ ਮਰਜ਼ਾਦਾ ਉਹ ਅਸੀਂ ਕਰਦੇ ਹਾਂ। ਤੁਸੀਂ ਪਹਿਲਾਂ ਬਾਹਮਣਾਂ ਨੂੰ ਦੀਨ 'ਚ ਲੈ ਕੇ ਆਓ ਤੇ ਅਸੀਂ ਆਪੇ ਹੀ ਮੁਸਲਮਾਨ ਬਣ ਜਾਵਾਂਗੇ, ਅਸੀਂ ਵੀ ਉਹਨਾਂ ਦੇ ਬਾਹਮਣਾਂ ਦੇ ਮਗਰ ਮਗਰ ਤੁਹਾਡੇ ਦੀਨ 'ਚ ਆ ਜਾਵਾਂਗੇ, ਜਿਹੜੇ ਧਰਮ ਨੂੰ ਬਾਹਮਣ ਧਾਰਨ ਕਰਨਗੇ ਅਸੀਂ ਵੀ, ਜਿਹੜਾ ਗੁਰੂ ਬਣੇਗਾ ਉਹ ਤਾਂ ਚੇਲੇ ਬਣ ਜਾਣਗੇ। ਬ੍ਰਾਹਮਣ ਗੁਰੂ ਹੈ ਜਗਤ ਕਾ, ਸੰਸਾਰ ਦੀ ਮਰਜ਼ਾਦਾ ਹੈ, ਬ੍ਰਾਹਮਣ ਸਾਰੇ ਸੰਸਾਰ ਦਾ ਗੁਰੂ ਮੰਨਿਆ। ਜੇ ਸਾਡੇ ਗੁਰੂ ਹੀ, ਸਾਡੇ ਹਿੰਦੂਆਂ ਦੇ ਗੁਰੂ ਹੀ ਮੁਸਲਮਾਨ ਬਣ ਗਏ ਅਸੀਂ ਵੀ ਬਣ ਜਾਵਾਂਗੇ। ਕਹਿੰਦਾ ਹਿੰਦੂਆਂ ਗਰੀਬਾਂ ਨੇ ਵਿਚਾਰਿਆਂ ਨੇ ਆਪਣੀ ਜਾਨ ਛਡਾਉਣ ਵਾਸਤੇ, ਜਦੋਂ ਕਿਸੇ ਦੀ ਜਾਨ ਤੇ ਬਣੀ ਹੋਵੇ ਨਾ ਉਹ ਕੋਈ ਨਾ ਕੋਈ ਹੀਲਾ ਤੇ ਕਰਦਾ ਹੀ, ਆਪਣੀ ਜਾਨ ਤਾਂ ਹਰ ਇੱਕ ਨੂੰ ਪਿਆਰੀ ਹੈ। ਉਹਨਾਂ ਨੇ ਆਪਣੀ ਜਾਨ ਛਡਾਉਣ ਲਈ, ਖਿਹੜਾ ਛਡਾਉਣ ਲਈ ਬਾਹਮਣਾਂ ਦੇ ਗਲ ਪਾ ਤੀ ਸਾਰੀ ਗੱਲ, ਆਪਣਾ ਪਿੱਛਾ ਛਡਾ ਲਿਆ ਤੇ ਬਾਹਮਣਾਂ ਦੀ ਗੱਲ ਮੁਸੀਬਤ ਪਾ ਤੀ, ਉਹ ਬੜਾ ਬਾਹਮਣਾਂ ਦੇ ਗਲ ਪਾ ਤੀ। ਹੁਣ ਬਾਦਸ਼ਾਹ ਨੇ ਬਾਹਮਣਾਂ ਨੂੰ ਸੱਦ ਲਿਆ ਵੀ ਬਾਹਮਣੋ ਤੁਸੀਂ ਆਓ ਇੱਧਰ, ਤੁਸੀਂ ਦੱਸੋ ਮੁਸਲਮਾਨ ਬਣਨਾ ਕਿ ਮੌਤ ਦੇ ਘਾਟ ਉਤਾਰੀਏ। ਤੇ ਸਾਫ ਸਾਫ ਸ਼ਬਦਾਂ ਚ ਕਹਿਤਾ ਵੀ ਮੁਸਲਮਾਨ ਬਣਨਾ ਪੈਣਾ, ਮੇਰੇ ਰਾਜ ਵਿੱਚ ਰਹਿਣਾ, ਉਹ ਲੈਣਾ ਚਾਹੁੰਦੇ ਹੋ ਮੈਂ ਤੁਹਾਨੂੰ ਦਿਆਂਗਾ, ਜੇ ਤੁਸੀਂ ਮੁਸਲਮਾਨ ਬਣੋਗੇ ਅਸੀਂ ਤੁਹਾਨੂੰ ਪੀਰਾਂ ਤਰ੍ਹਾਂ ਪੂਜਾਂਗੇ, ਤੁਹਾਨੂੰ ਹਰ ਤਰ੍ਹਾਂ ਦਾ ਅਸੀਂ ਖਰਚਾ ਦਿਆਂਗੇ, ਤੁਹਾਨੂੰ ਨੌਕਰੀਆਂ ਦਿਆਂਗੇ, ਸਰਕਾਰ ਦੇ ਵਿੱਚ ਤੁਹਾਡਾ ਪੂਰਾ ਰੁਤਬਾ ਰੱਖਾਂਗੇ, ਮੁਸਲਮਾਨ ਬਣਨਾ ਤੁਹਾਨੂੰ ਬਹੁਤ ਸਹੂਲਤਾਂ ਦਿਆਂਗੇ। ਇਹੋ ਜਿਹੀ ਮੁਸਲਮਾਨਾਂ ਨੂੰ ਸਹੂਲਤ ਮਿਲਦੀ ਹੈ, ਸਰਕਾਰੀ ਨੌਕਰਾਂ ਦੀ, ਜਗੀਰਾਂ ਦੀ, ਜੋ ਵੀ ਚੰਡੀ ਮਿਲਦਾ ਹੈ ਸਰਕਾਰ ਵੱਲੋਂ ਉਹ ਤੁਹਾਨੂੰ ਪੂਰਾ ਹੱਕ ਮਿਲੇਗਾ। ਤੁਸੀਂ ਮੁਸਲਮਾਨ ਨਹੀਂ ਬਣਨਾ ਤੇ ਮੇਰਾ ਮੁਲਕ ਛੱਡ ਕੇ ਕਿਤੇ ਹੋਰ ਦੂਸਰੇ ਮੁਲਕ ਵਿੱਚ ਚਲੇ ਜਾਓ, ਪਾਰ ਹੋ ਜਾਓ, ਹਿੰਦੁਸਤਾਨ ਦੀਆਂ ਹੱਦਾਂ ਛੱਡ ਕੇ ਚਲੇ ਜਾਓ, ਜੇ ਮੇਰੇ ਮੁਲਕ ਜਲਾਓਗੇ ਤੇ ਮੈਂ ਤੁਹਾਨੂੰ ਹਿੰਦੂ ਨਹੀਂ ਰਹਿਣ ਦੇਣਾ, ਮੈਂ ਮਾਰ ਦਿਆਂਗਾ। ਸਾਰਿਆਂ ਦੇ ਰੰਗ ਉੱਡ ਗਏ ਬਾਹਮਣਾਂ ਦੇ, ਬਣ ਕੀ ਗਿਆ, ਜਿਵੇਂ ਕਿਸੇ ਦਾ ਟੱਬਰ ਮਰ ਜੇ, ਸਾਰਾ ਪਰਿਵਾਰ ਮਰ ਜੇ ਤੇ ਉਹ ਬੰਦਾ ਬੜਾ ਦੁਖੀ ਹੁੰਦਾ ਨਾ, ਏਦਾਂ ਵਿਚਾਰਿਆਂ ਦੇ ਧਰਮ ਤੇ ਸੰਕਟ ਆ ਗਿਆ। ਧਰਮ ਸੰਕਟ ਸਭ ਤੋਂ ਭਿਅੰਕਰ ਹੁੰਦਾ, ਵਿਚਾਰੇ ਬੜੀ ਮੁਸੀਬਤ ਚ ਫਸ ਗਏ। ਕਹਿੰਦੇ ਜੇ ਇੱਕ ਪਾਸੇ ਕੋਈ ਛੋਟੀ ਮੋਟੀ ਰਿਆਸਤ ਹੁੰਦੀ ਔਰੰਗਜ਼ੇਬ ਦੀ, ਅਸੀਂ ਦੂਜੀ 'ਚ ਜਾ ਕੇ ਰਹਿ ਜਾਂਦੇ,
ਹੁਣ ਚੜ੍ਹਦੇ ਤੋਂ ਸ਼ਿਵਤੇ ਤੱਕ ਇਹਦਾ ਰਾਜਾ ਜਾਈਏ ਤੇ ਜਾਈਏ ਕਿੱਥੇ, ਨਾ ਅਸੀਂ ਚੀਨ ਵਿੱਚ ਜਾ ਸਕਦੇ ਹਾਂ ਨਾ ਅਰਬ ਵੱਲ ਜਾ ਸਕਦੇ ਹਾਂ, ਕਿਉਂਕਿ ਇੱਕ ਪਾਸੇ ਚੀਨ ਦੀ ਹੱਦ ਸੀਗੀ ਤੇ ਦੂਜੇ ਪਾਸੇ ਮੱਕੇ ਤੱਕ ਮੁਸਲਮਾਨਾਂ ਦਾ ਰਾਜ ਸੀਗਾ, ਹੋਰ ਕਿੱਥੇ ਜਾਈਏ, ਕੋਈ ਐਸਾ ਥਾਂ ਟਿਕਾਣਾ ਹੀ ਨਹੀਂ ਹੈ। ਬ੍ਰਾਹਮਣਾਂ ਵਾਸਤੇ ਬੜੀ ਮੁਸੀਬਤ ਬਣ ਗਈ, ਔਖੀ ਗੱਲ ਹੋ ਗਈ, ਨਾ ਵਿਚਾਰਿਆਂ ਨੂੰ ਰਾਤ ਸੁਝਦੀ ਨਾ ਦਿਨ, ਬ੍ਰਾਹਮਣ ਬੜੇ ਦੁਖੀ ਹੋ ਗਏ। ਬ੍ਰਾਹਮਣਾਂ ਨੇ ਕੁਝ ਸਮਾਂ ਮੰਗਿਆ, ਅਰਸਾ ਮੰਗਿਆ ਵੀ ਸਾਨੂੰ ਮੁਹਲਤ ਦਿਓ, ਅਸੀਂ 6 ਮਹੀਨੇ ਸੋਚ ਲਈਏ, ਚਲੋ ਦਿਨ ਲੰਘਾਈਏ ਥੋੜੇ ਜੇ। ਸ਼ੇਰ ਅਫਗਾਨ ਸੂਬਾ ਕਸ਼ਮੀਰ ਨੂੰ ਵੀ ਕਿਹਾ ਵੀ ਸਾਨੂੰ 6 ਮਹੀਨੇ ਦੇ ਦਿਓ। ਵਿਚਾਰੇ ਹੁਣ ਕੋਈ ਚਾਰਾ ਹੀ ਨਹੀਂ ਸੀ, ਜਦੋਂ ਬੰਦਾ ਸਾਰੇ ਪਾਸੋਂ ਬੇਬਸ ਹੋ ਜਾਂਦਾ ਨਾ, ਫਿਰ ਰੱਬ ਦਾ ਆਸਰਾ ਤੱਕ, ਫਿਰ ਮਾਲਾ ਲੈ ਕੇ ਰੱਬ ਰੱਬ ਕਰਨ ਲੱਗੇ, ਰਾਮ ਰਾਮ ਜਪਣ ਲੱਗੇ, ਬੜਾ ਸਿਰ ਖਪਾਇਆ ਵੀ ਕੋਈ ਦੇਵਤਾ ਹੀ ਪ੍ਰਗਟ ਹੋ ਜਾਏ, ਕੋਈ ਦੇਵਤਾ ਸਾਨੂੰ ਦਰਸ਼ਨ ਦੇ ਕੇ ਕਲਯੁਗ ਦੇ ਵਿੱਚ ਸਾਡੀ ਬਾਂਹ ਫੜ ਲਵੇ। ਚੂਲਖੋਰਾਂ ਨੇ ਚੂਲੀਆਂ ਕੀਤੀਆਂ ਬਾਦਸ਼ਾਹ ਕੋਲ, ਉਹ ਕਹਿੰਦੇ ਬਾਦਸ਼ਾਹ ਤੂੰ ਇਹਨਾਂ ਨੂੰ ਟਾਈਮ ਦਿੱਤਾ ਹੋਇਆ, ਇਹ ਤੇ ਜਾਦੂ ਕਰ ਰਹੇ ਆ, ਇਹਦੇ ਤੁਹਾਡਾ ਰਾਜ ਖਤਮ ਕਰਨ ਲਈ ਟੂਣੇ ਕਰ ਦੇਵੇ। ਉਹਦਾ ਵਿਚਾਰੇ ਆਪਣੀ ਜਾਨ ਬਚਾਉਣ ਨੂੰ ਭਗਤੀ ਕਰਦੇ ਸੀ ਵੀ ਰੱਬ ਕੋਈ ਕਿਸੇ ਪਾਸਿਓਂ ਬੋੜ ਪਵੇ, ਪਰ ਚੁਗਲਖੋਰ ਕਿੱਥੇ ਬਾਜ ਆਉਂਦੇ, ਚੁਗਲਖੋਰ ਨਾ ਚੁਗਲੀਓਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਉਹਨਾਂ ਨੇ ਬਾਦਸ਼ਾਹ ਦੇ ਕੰਨਾਂ 'ਚ ਹੋਰ ਗੱਲ ਪਾਤੀ, ਇਹ ਆਹ ਜਿਹੜੇ ਮੰਤਰ ਜੰਤਰ ਜਪਦੇ ਪਏ ਨਾ 6-6 ਮਹੀਨਿਆਂ ਤੋਂ, ਇਹਦੇ ਤੁਹਾਡਾ ਰਾਜ ਪਲਟਾ ਕਰਨਾ ਚਾਹੁੰਦੇ, ਜਾਦੂ ਟੂਣਾ ਕਰਦੇ ਹਿੰਦੂ ਲੋਕ। ਸੁਣ ਕੇ ਔਰੰਗਜ਼ੇਬ ਨੂੰ ਅੱਗ ਲੱਗ ਗਈ, ਹੈ ਮੈਂ ਤੇ ਇਹਨਾਂ ਨੂੰ ਟਾਈਮ ਦਿੱਤਾ ਸੀ ਸੋਚ ਲੈਣ, ਤੇ ਮੇਰੇ ਨਾਲ ਹੀ ਧੋਖਾ ਕਰਨ ਲੱਗੇ ਹਿੰਦੂ। ਉਹਨੇ ਆਰਡਰ ਦੇ ਦਿੱਤਾ ਵੀ ਕਸ਼ਮੀਰ ਦੇ ਵਿੱਚ ਜਿੰਨੇ ਬ੍ਰਾਹਮਣ ਨੇ ਪਹਿਲਾਂ ਇਹਨਾਂ ਨੂੰ ਮਾਰਿਆ ਜਾਵੇ, ਕਿਉਂਕਿ ਕਸ਼ਯਪ ਰਿਸ਼ੀ ਹੋਏ ਨੇ ਬ੍ਰਹਮਾ ਦੇ ਪੁੱਤਰ, ਉਹਨਾਂ ਨੇ ਕਸ਼ਮੀਰ ਦੇਸ਼ ਵਸਾ ਵਸਾਇਆ। ਕਸ਼ਮੀਰ ਦਾ ਜੋ ਅਰਥ ਕਰੀਏ ਨਾ, ਤਾਂ ਉਹ ਵਿਦਵਾਨਾਂ ਨੇ ਕੀਤਾ ਕਸ਼ਯਪ ਦੀ ਨਗਰੀ, ਕਸ਼ਯਪ ਦਾ ਇਲਾਕਾ। ਉਹ ਪਹਿਲਾਂ ਉੱਥੇ ਕਦੀ ਜਿਹੜੇ ਬੰਦੇ ਉੱਧਰ ਗਏ ਉਹਨਾਂ ਨੂੰ ਪਤਾ, ਦਾਸ ਨੇ ਵੀ ਦੇਖਿਆ ਇਲਾਕਾ। ਉਹਦੇ ਵਿੱਚ ਉਰਲੇ ਪਾਸੇ ਵੀ ਪਹਾੜ ਨੇ, ਉੱਪਰ ਸਾਰੇ ਪਾਸੇ ਪਹਾੜ ਨੇ, ਵਿੱਚ 100-150 ਕਿਲੋਮੀਟਰ ਜਿਹੜਾ ਉਹ ਮੈਦਾਨ ਹੈ। ਉਹ ਕਹਿੰਦੇ ਆ ਵੀ ਕੋਈ ਜ਼ਮਾਨਾ ਸੀ ਅੱਜ ਤੋਂ ਲੱਖਾਂ ਸਾਲ ਪਹਿਲੇ, ਉੱਥੇ ਬਰਫ਼ ਜੰਮੀ ਹੋਈ ਸੀ। ਕਸ਼ਯਪ ਰਿਸ਼ੀ ਨੇ ਉਹ ਜਗ੍ਹਾ ਵੇਖੀ ਅਤੇ ਉਹਨੇ ਉਹਦੇ 'ਚੋਂ ਦਰਿਆ ਕੱਢੇ, 5 ਨਦੀਆਂ ਜਿਹੜੀਆਂ ਕਹੀਆਂ, ਸਿੰਧ ਨਦੀ, ਕਹਿੰਦੇ ਚਨਾਹ, ਜੇਹਲਮ, ਰਾਵੀ, ਤਾਪਤੀ ਆਦਿਕ ਨਦੀਆਂ ਉੱਥੋਂ ਨਿਕਲਦੀਆਂ ਸਾਰੀਆਂ ਪਹਾੜਾਂ 'ਚ, ਉਹਨੇ ਕੱਢੀਆਂ ਵੀ ਇਹ ਬਰਫ਼ ਢਲ ਕੇ ਜਿਹੜੀ ਇਹ ਸਮੁੰਦਰ ਨੂੰ ਚਲੀ ਜਾਵੇ, ਇਹ ਮੈਦਾਨ ਹੋ ਜਾਵੇ। ਉਹ ਵਿਚਲਾ ਪਹਾੜਾਂ ਦਾ ਇਲਾਕਾ ਉਹਨੇ ਸਾਫ਼ ਕਰਕੇ ਉੱਥੇ ਆਪਣੀ ਕੁੱਲ ਦੇ ਵਿਦਵਾਨ ਬ੍ਰਾਹਮਣ ਬਿਠਾਏ। ਠੰਡੇ ਇਲਾਕੇ 'ਚ ਬੰਦੇ ਦਾ ਦਿਮਾਗ ਠੰਡਾ ਰਹਿੰਦਾ, ਪੜ੍ਹਾਈ ਲਿਖਾਈ ਵਾਲੇ ਵਾਸਤੇ ਪਹਾੜੀ ਇਲਾਕਾ ਰਮਣੀਕ ਵਧੀਆ ਹੁੰਦਾ। ਕਸ਼ਯਪ ਰਿਸ਼ੀ ਨੇ ਦੇਸ਼ ਵਸਾਇਆ, ਇਸ ਕਰਕੇ ਨਾਮ ਹੋ ਗਿਆ ਕਸ਼ਮੀਰ। ਉਹ ਕਸ਼ਮੀਰ ਦੇਸ਼ ਦੇ ਵਿੱਚ ਜਿਹੜੇ ਬ੍ਰਾਹਮਣ ਲੱਖਾਂ ਸਾਲਾਂ ਤੋਂ ਰਹਿ ਰਹੇ ਸਨ, ਹਿੰਦੂ ਧਰਮ ਦੇ ਬੜੇ ਬੜੇ ਵਿਦਵਾਨ ਸਨ, ਮਹਾਂਪੁਰਸ਼ ਸਨ, ਸ਼ਾਸਤਰਾਂ ਦੇ ਗਿਆਤਾ ਸਨ, ਉਹਨਾਂ ਦੇ ਗਲ ਮੁਸੀਬਤ ਆ ਪਈ। ਉਹਨਾਂ ਨੇ ਆਪਣੇ ਅਹਿਦੀਏ ਕਸ਼ਮੀਰ ਵੱਲ ਦੜਾਏ ਬਾਦਸ਼ਾਹ ਨੇ, ਉਹ ਬੜੀ ਛੇਤੀ ਨਾਲ ਸੂਬਾ ਸ਼ੇਰ ਅਫਗਾਨ ਸ੍ਰੀਨਗਰ ਕਸ਼ਮੀਰ ਦਾ ਜੋ ਸੀ ਉਹਦੇ ਕੋਲ ਗੱਲ ਪਹੁੰਚ ਗਈ। ਉਹਨਾਂ ਨੇ ਜਿੰਨੇ ਕੁ ਬ੍ਰਾਹਮਣ ਫੜੇ ਜਾਂਦੇ ਤੁਰਤ ਫੜ ਲਏ, ਜ਼ਬਰਦਸਤੀ ਫੜ ਕੇ ਮੁਸਲਮਾਨ ਬਣਾ ਤੇ। ਸਾਧ ਸੰਗਤ ਜੀ ਕਦੀ ਉੱਥੋਂ ਦੀ ਨਸਲ ਦੇਖੋ, ਉਹ ਨਸਲ ਸਾਰੀ ਬ੍ਰਾਹਮਣਾਂ ਵਾਲੀ, ਇੱਕੋ ਜਿਹੇ ਉਹਨਾਂ ਦੇ ਸੋਹਣੇ ਸੋਹਣੇ ਰੂਪ, ਸੁੰਦਰ ਉਹਨਾਂ ਦੇ ਮਹਾਰਾਜ ਨੇ, ਪਰਮਾਤਮਾ ਨੇ ਕਸ਼ਮੀਰੀਆਂ ਨੂੰ ਸੁੰਦਰਤਾ ਦਿੱਤੀ, ਔਰ ਅਜੇ ਤੱਕ ਉਹਨਾਂ ਦੀ ਰੀਤੀ ਰਿਵਾਜ 'ਚ ਹਿੰਦੂਪਣਾ ਝਲਕਦਾ ਜੇ, ਪਰ ਕਹਿੰਦੇ ਆਪਣੇ ਆਪ ਨੂੰ ਮੁਸਲਮਾਨ ਨੇ, ਔਰ ਉੱਥੇ ਉਹ ਹਿੰਦੂਆਂ ਨੂੰ ਹੁਣ ਉੱਥੇ ਟਿਕਣ ਨਹੀਂ ਦਿੰਦੇ, ਭਜਾਈ ਜਾਂਦੇ, ਸਿੱਖਾਂ ਨੂੰ ਵੀ ਪੈਂਦੇ, ਹਿੰਦੂਆਂ ਨੂੰ ਵੀ ਪੈਂਦੇ। ਉਹ ਹਿੰਦੂਆਂ ਨੂੰ ਜ਼ਿਆਦਾ ਉਹਨਾਂ ਨੇ ਉੱਥੋਂ ਪਾਰ ਕਰ ਦਿੱਤਾ, ਹੈ ਉਹ ਮੁਸਲਮਾਨ ਨਹੀਂ, ਹਿੰਦੂਆਂ ਦੀ ਔਲਾਦ ਹਨ, 300-400 ਸਾਲ ਪਹਿਲਾਂ ਉਹ ਸਾਰੇ ਹਿੰਦੂ ਸਨ। ਔਰੰਗਜ਼ੇਬ ਦੇ ਰਾਜ ਵਿੱਚ ਸੂਬੇ ਕਸ਼ਮੀਰ 'ਚ ਸ਼ੇਰ ਅਫਗਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਕਰਕੇ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ। ਹਿੰਦੂ ਵਿਚਾਰੇ ਪਹਾੜਾਂ ਵਿੱਚ ਲੁੱਕ ਲੁੱਕ ਕੇ ਜਾਨਾਂ ਬਚਾਉਂਦੇ ਨੇ, ਜਿਹੜਾ ਫਸ ਜਾਂਦਾ ਉਹਨੂੰ ਮੁਸਲਮਾਨ ਬਣਾ ਲੈਂਦੇ। ਹੁਣ ਮਰਨਾ ਬੜਾ ਔਖਾ ਹੈ, ਕਹਿਣਾ ਸੌਖਾ ਹੈ, ਕੋਈ ਕੋਈ ਵਿਰਲਾ ਹੁੰਦਾ ਜਿਹੜਾ ਕਹਿੰਦਾ ਮੈਂ ਨਹੀਂ ਬਣਦਾ ਮੁਸਲਮਾਨ, 90% 99% ਕਹਿੰਦੇ ਚਲੋ ਜਾਨ 'ਤੇ ਬਚਾਓ, ਮੁਸਲਮਾਨ ਬਣ ਜਾਈਏ। ਇੱਦਾਂ ਜ਼ਬਰਦਸਤੀ ਰੋਜ਼ ਸੈਂਕੜੇ ਮੁਸਲਮਾਨ ਬਣਦੇ, 125 ਮਣ ਜਨੇਊ ਰੋਜ਼ ਉਤਾਰਿਆ ਜਾਂਦਾ। ਇਸ ਤਰ੍ਹਾਂ ਸਾਰੇ ਪਾਸੇ ਹਾਹਾਕਾਰ ਮੱਚ ਗਈ, ਜਦੋਂ ਕਸ਼ਮੀਰ ਦੇ ਵਿੱਚ ਇਹ ਕੁਰਲਾਹਟ ਮਚਿਆ। ਕਸ਼ਮੀਰ ਵਿੱਚ ਮਟਨ ਸ਼ਹਿਰ ਹੈ, ਜਿੱਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਗਏ ਨੇ। ਉਸ ਮਟਨ ਸ਼ਹਿਰ ਦੇ ਵਿੱਚੋਂ ਪੰਡਿਤ ਕਿਰਪਾ ਰਾਮ ਜੀ ਉੱਥੋਂ ਦੇ ਬ੍ਰਾਹਮਣਾਂ ਦਾ ਜਥਾ ਲੈ ਕੇ ਸਤਿਗੁਰਾਂ ਕੋਲ, ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ। ਕਸ਼ਮੀਰ ਤੋਂ ਇਲਾਵਾ ਹੋਰ ਵੀ ਜਿਹੜੇ ਬ੍ਰਾਹਮਣ ਸਨ, ਕਾਂਸ਼ੀ ਬਨਾਰਸ ਦੇ ਬ੍ਰਾਹਮਣ,
और गंगा हरिद्वार के ब्राह्मण, इलाहाबाद के ब्राह्मण, कुरुक्षेत्र के ब्राह्मण जिहड़े सन, ये सारे इकट्ठे होके सतगुरु तेग बहादुर साहब जी की शरण आए। कश्मीरी पंडित इन्हां दे आगू सन, पहले तो ही कश्मीरियां दा रुतबा उपर क्यों रहा, क्योंकि उत्थे बहुत उच्च पाई की विद्या रही है। शंकराचार्य जी 8वीं सदी दे विच श्रीनगर गए, उत्थे पहाड़ दे उत्ते उन्हां दा स्थान है आदि गुरु शंकराचार्य जी का। उस पहाड़ी ते गुरु नानक साहब जी भी गए। भाई कान सिंह जी नाभा ने महान कोच लिखिया कि शंकराचार्य की पहाड़ी ते गुरु नानक दा स्थान है, पर सिखां दी अणगहली करके गुरुद्वारा नहीं बन सकिया, जगह हैगी। सो खालसा जी उत्थे शंकराचार्य ने प्रचार किया, बड़े बड़े होर ऋषि मुनि उत्थे गए, सैकड़े सदियां तो वह धर्म का केंद्र रहा, वह ब्राह्मण अगे लगे हैं। सारे ब्राह्मण आके सतगुरु तेग बहादुर साहब के चरणों में इदां पुकार की, हे महाराज तुहाडी शोभा सुन के, महिमा सुन के असीं तुहाडे दर ते आए हाँ। हे महाराज तुसीं क्षत्री धर्म के राखे हो, क्षत्री धर्म है तुहाडा, ते ब्राह्मणा की रक्षा क्षत्री करते आए। जैसे महाराज कलगीधर पातशाह जी ने लिखा ना, क्षत्री सभा कृत विपन के, इनू बैकटाश कृपा के निहारो। जदों ब्राह्मण रुस गया सी ना, ते मैनू दान नहीं पहला दिता, खालसे नू पहला क्यों दे दिता है? ते महाराज कहिंदे, पंडित जी ये जिहड़े क्षत्री शस्त्रधारी सूरबीर ने तुहाडे ही राखे हन, ते जे तुसी ना बालो कैरी निगाह करोगे तुहाडी रक्षा कौन करेगा? खालसे ने तुहाडी रक्षा करनी, ते तुसी खालसे नाल ही निगाह माड़ी रखदे हो। आखो श्री वाहिगुरु। ये कलगीधर दे बचन ने, जदों महाराज कहिंदे युद्ध जिते इन्हीं के प्रसाद सो दान करे, अग अवटरे इन्हीं के प्रसाद, इन्हीं कृपा फुन धाम परे, इन्हीं कृपा के सजे हम है नहीं मोसे गरीब करोर परे। उसे सतगुरु ने वचन भी कहे है भी छत्री सबक किरत विपन के, विपन नाम ब्राह्मणा का है, छत्री जेड़े हैं ये ब्राह्मणा ने अपनी रक्षा वास्ते बनाए भी साड़ी रक्षा करनगे, ते इन्हां वाल ही तुसी कैरी निगाह रखते हो। सो खालसा जी वो पंडित कहिंदे, महाराज तुसी छत्री हो, ते छत्री का धर्म है धर्म की रक्षा करनी, साढ़े धर्म की राखी तुसी करो। तुसी गऊ ब्राह्मण की रक्षा वास्ते सच्चे पातशाह अवतार धारिया है, गरीब की रक्षा वास्ते अवतार धारिया है, हुण तुसी साढ़े उत्ते कृपा करो, साढ़े ते जालम जुलम करन दे लई औरंगजेब साढ़े सिर ते चढ़िया होया है, हुण सानू कृपा करके बचा लो। तुसी गुरु नानक साहब का रूप हो जो परमेश्वर का अवतार सृष्टि ते आए ने, हिंदू धर्म की राखी करो महाराज, हिंदू धर्म का बेड़ा डुबदा बन्ने लाओ, क्योंकि औरंगजेब ने हिंदुस्तान विचों हिंदुआं का बीज नाश कर देना है। बादशाह औरंगजेब ये गल डंके की चोट ते कह रहा है, पहला उन्हें ब्राह्मणा नू मुसलमान बनाना, बाकी हिंदुआं नू फिर बाद विच बनाएगा। पहला मुसलमान बनणगे ब्राह्मण, फिर बाकी हिंदुआं नू फड़ के मुसलमान कर लेगा। ये सच्चे पातशाह जी आप जानते हो कि ब्राह्मण हिंदुआं दे आगू हन, जे आगू ही मुसलमान बन गए ते बाकी आपे बन जाणगे, इसे सारा जहान मुसलमान बनेगा। इस तरह औरंगजेब बादशाह ने सलाह कीती हुई है, असीं त्राहे त्राहे करदे डरदे हुए तुहाडी शरण च आए हां जी, तुसीं सतगुरु हो, पूरे सूरे हो, हिंदू धर्म दा डुबदा बेड़ा रख लो सच्चे पातशाह जी, नहीं ते पहला सानू मुसलमान बनाणगे ते महाराज फिर सारिया नू बना लेंगे। तुसी मुसलमान बनो ते असी भी बन जावांगे, पर जे महाराज तुसी अपने साडे धर्म दी राखी दा कोई उपराध दसोगे ते असी भी डटे रहांगे। तुसी छत्री हो महाराज, शस्त्रधारी गुरु हरगोबिंद साहिब जी दा अंश बंश हो, तुसी शस्त्र फड़ो, साडे धर्म दी राखी छत्री करदे आए है, तुहाडे कोल माया दी भी कमी नहीं, लखां संगतां माया लैके आउंदियां श्री आनंदपुर साहिब, और करामात भी तुहाडे कोल अणगिणत है, माया भी तुहाडे कोल बहुत है, संगतां भी तुहाडे नाल बहुत हन, हिंदू सारा हिंदू धर्म तुहानूं मनदा है, और जिहड़ा महाराज जी तुहाडे कोल करामात दा खजाना रूहानी शक्ति दा ओह भी बेअंत है। गुरु जी ठीक है कि मुसलमाना दा राज है, मुसलमान सानू दबा रहे ने, पर मुसलमाना नालों साडी गिणती 10 गुणा है, असी 10 गुणा हाँ, वो 10 हन, असी 90 हाँ, महाराज जी वो साडे बराबर नहीं हन मुसलमान, असी बहुत ज्यादा गिणती विच हाँ, असी सारे तुहाडे मगर तुरांगे। तुसी खंडा फड़ के खलोगे ना सतगुरु जी, बाकी हिंदुस्तान तुहाडे मगर आपे आ खलोएगा। श्री गुरु नानक देव सच्चे पातशाह वचन कीते ने, महाराज सच्चे पातशाह जी ने
ਤੁਰਕਾਂ ਨੂੰ ਖੰਡਾ ਨਹੀਂ ਫੜਾਇਆ। ਜੇ ਤੁਰਕਾਂ ਨੂੰ ਅਸੀਂ ਆਪਣੇ ਸੀਸ ਦੇ ਕੇ ਗਾਲਾਂਗੇ, ਬਚਨ ਗੁਰੂ ਨਾਨਕ ਸਾਹਿਬ ਜੀ ਕਹੇ ਸਨ। ਬਖਸ਼ਿਸ਼ ਕਰਕੇ ਬਾਦਸ਼ਾਹ ਨੂੰ ਬਾਬਰ ਨੂੰ ਰਾਜ ਦੇਣ ਲੱਗਿਆ ਕਹਿ ਗਏ ਵੀ ਅਸੀਂ ਆਪਣੇ ਸੀਸ ਦੇ ਕੇ ਰਾਜ ਵਾਪਸ ਲੈ ਲਵਾਂਗੇ। ਇਹ ਮਹਾਰਾਜ ਜੀ ਜੇ ਤੁਸੀਂ ਸਾਡਾ ਭਲਾ ਕਰੋ ਤੇ ਸਾਡੇ ਧਰਮ ਦੀ ਰਾਖੀ ਕਰੋ, ਅਸੀਂ ਸੀਸ ਦਿਆਂਗੇ। ਤੁਰਕਾਂ ਦੀ ਜੜ ਜਿਹੜੀ ਹੈ ਉਹ ਦਰਗਾਹੋਂ ਪੱਟੀ ਜਾਏਗੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਬਚਨ ਕੀਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਸੀਸ ਦੇ ਕੇ ਧਰਮ ਬਚਣਾ ਹੈ। ਆਖੋ ਸਤਨਾਮ ਸਿਰਫ ਸੀਸ ਦਿਓ, ਕੋਈ ਧਰਮ ਹੀ ਤੁਹਾਡੇ ਚੋਂ ਅੱਗੇ ਆਵੇ ਜਿਹੜਾ ਆਪਣਾ ਸੀਸ ਵਾਰੇ। ਫਿਰ ਜੇ ਤੁਸੀਂ ਸੀਸ ਦਿਓ ਤੇ ਤੁਹਾਡੇ ਧਰਮ ਨੂੰ ਕੋਈ ਖਤਰਾ ਨਹੀਂ। ਸਿਰ ਦਿੱਤਿਆਂ ਬਾਅਦ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਅਦ ਨਹੀਂ ਰਹਿਣਾ। ਸਿਰ ਦਿੱਤਿਆਂ ਤੋਂ ਬਿਨਾਂ ਧਰਮ ਬਚਿਆ ਹੀ ਨਹੀਂ ਕਦੀ ਵੀ। ਧਰਮ ਹਮੇਸ਼ਾ ਸੀਸ ਦੇ ਕੇ ਹੀ ਬਚਦਾ ਹੈ। ਖੇਡ ਹੀ ਐਸੀ ਹੈ, ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜਾ ਸਿਰ ਦੀਜਾ ਕਾਣ ਨਾ ਕੀਜਾ। ਹਮੇਸ਼ਾ ਧਰਮ ਦੀ ਰਾਖੀ ਲਈ ਧਰਮੀ ਜਿਹੜੇ ਸੀਸ ਹੀ ਦਿੰਦੇ ਆਏ ਹੈ, ਜੁਗਾਂ ਜੁਗਾਂਤਰਾਂ ਤੋਂ ਮਰਜ਼ਾਦਾ ਚੱਲੀ ਆਈ ਹੈ। ਜਦੋਂ ਇਹ ਬਚਨ ਹਜ਼ੂਰ ਨੇ ਕਹੇ ਤਾਂ ਪੰਡਿਤ ਸੋਚਾਂ 'ਚ ਪੈ ਗਏ ਵੀ ਮਹਾਰਾਜ ਜੀ ਅਸੀਂ ਮਰਾਂਗੇ ਤੇ ਫਿਰ ਸਾਡੇ ਮਰਿਆਂ ਤਾਂ ਗੱਲ ਨਹੀਂ ਬਣਨੀ। ਸ੍ਰੀ ਵਾਹਿਗੁਰੂ, ਕਦੋਂ ਅਸੀਂ ਮਰਾਂਗੇ ਤੇ ਕਦੋਂ ਤੁਰਕਾਂ ਦੀ ਜੜ ਪੁੱਟੀ ਜਾਏਗੀ? ਸਾਨੂੰ ਤੇ ਇਸੇ ਸਾਲ ਉਹਨਾਂ ਨੇ ਮੁਸਲਮਾਨ ਬਣਾਉਣ ਲੈ। ਸਾਨੂੰ ਤਾਂ ਟਾਈਮ ਹੁਣ ਮੁੱਲ ਤਾਂ ਹੈ ਹੀ ਕੋਈ ਨਹੀਂ ਵੀ ਕੋਈ 10 ਦਿਨ 20 ਦਿਨ ਮਹੀਨਾ ਅਸੀਂ ਹੋਰ ਉਡੀਕ ਲਈਏ, ਇੰਨਾ ਟਾਈਮ ਕੋਈ ਨਹੀਂ। ਜਿਹੜੀ ਘੜੀ ਕੋਈ ਕਾਬੂ ਆ ਗਿਆ ਉਸੇ ਵੇਲੇ ਮੁਸਲਮਾਨ ਬਣ ਜਾਏਗਾ, ਬਣਾ ਲੈਣਾ ਅਗਲਿਆਂ ਨੇ ਡਾਢਿਆਂ। ਮਹਾਰਾਜ ਕਦੋਂ ਤੁਸੀਂ ਸਾਨੂੰ ਬਚਾਓਗੇ, ਕਿਵੇਂ ਸਾਡੀ ਰਾਖੀ ਕਰੋਗੇ? ਊਠ ਮੂਏ ਨੌਕਾ ਮੇਰਾ ਕੋਕਾ ਇਹ ਚੜਾਵੋ, ਜੇ ਮਰ ਗਏ ਪਿੱਛੋਂ ਕਿਸ਼ਤੀ ਕਿਹੜੇ ਕੰਮ ਦੀ, ਡੁੱਬ ਕੇ ਮਰ ਗਏ? ਜੇ ਭੁੱਖੇ ਮਰ ਗਏ ਤੇ ਪਿੱਛੋਂ ਖੀਰ ਖਾਣ ਨੂੰ ਮਿਲੇ ਉਹਦਾ ਕੀ ਫਾਇਦਾ? ਹੁਣ ਮਹਾਰਾਜ ਮੌਕਾ ਤਾਂ ਹੁਣ ਹੈ, ਹੁਣ ਸਾਨੂੰ ਬਚਾਓ ਕਿਸੇ ਤਰ੍ਹਾਂ ਛੇਤੀ ਨਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਤੋ ਤੁਸੀਂ ਹੁਣ ਬੇਫਿਕਰ ਹੋ ਜਾਓ, ਤੁਹਾਨੂੰ ਅਸੀਂ ਇੱਕ ਗੱਲ ਕਹਿੰਦੇ ਹਾਂ, ਤੁਸੀਂ ਇਹ ਕਹਿ ਕੇ ਆਪਣੀ ਜਾਨ ਛੁਡਾ ਲਓ। ਤੁਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਜਾ ਕੇ ਆਖੋ ਅਸੀਂ ਮੁਸਲਮਾਨ ਬਣਨ ਨੂੰ ਤਿਆਰ ਹਾਂ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ, ਪਰ ਬਣਾਂਗੇ ਤਾਂ ਜੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ। ਜੇ ਉਹ ਮੁਸਲਮਾਨ ਬਣ ਜਾਂਦੇ ਹੈ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਔਰੰਗਜ਼ੇਬ ਕੋਲ ਜਾ ਕੇ ਕਹਿ ਦਿਓ। ਸਤਿਗੁਰਾਂ ਦਾ ਹੁਕਮ ਪਾ ਕੇ ਸਾਰੇ ਪੰਡਿਤ ਦਿੱਲੀ ਚਲੇ ਗਏ ਤੇ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਜਾ ਕੇ ਉਹਨਾਂ ਨੇ ਫਰਿਆਦ ਕੀਤੀ। ਉਹ ਮਹਾਰਾਜ ਨੇ ਸਮਝਾਇਆ ਸੀ ਵੀ ਜਾ ਕੇ ਕਹਿ ਦਿਆ ਜੇ ਵੀ ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਣਦੇ ਅਸੀਂ ਸਾਰੇ ਬਣਾਂਗੇ, ਸਾਡੇ ਗੁਰੂ ਉਹ ਹਨ। ਪਹਿਲਾਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾਓ ਫਿਰ ਅਸੀਂ ਬਣ ਜਾਵਾਂਗੇ, ਪਿੱਛੇ ਸਾਰੀ ਦੁਨੀਆ ਮੁਸਲਮਾਨ ਬਣ ਜਾਏਗੀ, ਹਿੰਦੁਸਤਾਨ ਹੀ ਮੁਸਲਮਾਨ ਬਣ ਜਾਏਗਾ। ਇਸ ਤਰ੍ਹਾਂ ਪੰਡਿਤਾਂ ਨੇ ਜਾ ਕੇ ਬਾਦਸ਼ਾਹ ਦੇ ਕੋਲ ਜਿਹੜੀ ਗੱਲ ਕਹੀ ਸੀ ਨਾ ਕਹਿ ਦਿੱਤੀ। ਲੋਕਾਂ ਨੇ ਉਹ ਮੰਨ ਲਈ ਵੀ ਠੀਕ ਹੈ, ਜੇ ਇੱਕ ਬੰਦੇ ਦੇ ਮੁਸਲਮਾਨ ਬਣਾਇਆ ਸਾਰਾ ਹਿੰਦੁਸਤਾਨ ਮੁਸਲਮਾਨ ਬਣਦਾ, ਜਣੇ ਜਣੇ ਨਾਲ ਸਿਰਖ ਪਾਉਣ ਦੀ ਕੀ ਲੋੜ ਹੈ? ਆਪਾਂ ਸਾਰਾ ਜ਼ੋਰ ਇਕੱਲੇ ਗੁਰੂ ਤੇਗ ਬਹਾਦਰ ਤੇ ਲਾ ਦਈਏ। ਇਸ ਤਰ੍ਹਾਂ ਔਰੰਗਜ਼ੇਬ ਦਾ ਧਿਆਨ ਹਿੰਦੂ ਧਰਮ ਦੇ ਲੋਕਾਂ ਵੱਲੋਂ ਤੇ ਬ੍ਰਾਹਮਣਾਂ ਵੱਲੋਂ ਹਟ ਕੇ ਇਕੱਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਤੇ ਕੇਂਦਰਿਤ ਹੋ ਗਿਆ। ਸਤਿਗੁਰਾਂ ਦੀ ਤਲਾਸ਼ ਕਰਨ ਲੱਗਾ, ਹਲਕਾਰੇ ਭੇਜ ਦਿੱਤੇ ਉਸਨੇ ਗ੍ਰਿਫਤਾਰ ਕਰਨ ਵਾਸਤੇ। ਉਧਰ ਮਹਾਰਾਜ ਸ਼ਹੀਦੀ ਪਾਉਣ ਵਾਸਤੇ ਆਨੰਦਪੁਰ ਸਾਹਿਬ ਤੋਂ ਆਪ ਹੀ ਤੁਰ ਪਏ। ਪੰਡਿਤਾਂ ਨੂੰ ਕਿਹਾ ਸੀ ਅਸੀਂ ਆਪੇ ਸੰਭਾਲ ਲਵਾਂਗੇ, ਸਤਿਗੁਰੂ ਪਾਤਸ਼ਾਹ ਨੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਵਿਚਰ ਕੇ ਆਉਣ ਵਾਲੇ ਸਮੇਂ ਦੀਆਂ ਤਿਆਰੀਆਂ ਦੇ ਹੁਕਮ ਦੇ ਦਿੱਤੇ ਸਨ। ਇਹ ਬੜੀ ਬਰੀਕ ਗੱਲਾਂ ਨੇ ਜਿਹੜੀਆਂ ਆਮ ਲੋਕਾਂ 'ਚ ਪਤਾ ਨਹੀਂ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਭਰਤਗੜ੍ਹ, ਰੋਪੜ, ਆਨੰਦਪੁਰ ਕਲੌੜ, ਉਗਾਣੀ, ਆਕੜ ਪਿੰਡ ਅਤੇ ਫਿਰ ਆ ਕੇ ਬੈਠੇ ਨੇ ਸਤਿਗੁਰੂ ਜੀ ਜਿਹੜਾ ਕਿਲ੍ਹਾ ਹੈ ਬਹਾਦਰਗੜ੍ਹ ਪਟਿਆਲੇ ਦੇ ਕੋਲ, ਉਹਨੂੰ ਸੈਫਾਬਾਦ ਕਹਿੰਦੇ। ਸੈਫਦੀਨ ਮੁਸਲਮਾਨ ਉੱਥੇ ਰਹਿੰਦਾ ਸੀ, ਉਹ ਬੜਾ ਪ੍ਰੇਮੀ ਸੀ ਮਹਾਰਾਜ ਦਾ। ਉਹਨੇ ਸਤਿਗੁਰਾਂ ਨੂੰ ਆਪਣੇ ਕੋਲ 4 ਮਹੀਨੇ ਚੁਮਾਸਾ ਰੱਖਿਆ ਔਰ ਉੱਥੋਂ ਸਤਿਗੁਰੂ ਪਟਿਆਲੇ ਤੋਂ ਹੁੰਦੇ ਸਮਾਣੇ ਨੂੰ ਹੁੰਦੇ ਹੋਏ ਤਮਧਾਨ ਸਾਹਿਬ, ਹਰਿਆਣੇ ਦੇ ਬਹੁਤ ਸਾਰੇ ਇਲਾਕੇ 'ਚ ਹੁੰਦੇ ਜਾ ਕੇ ਆਗਰੇ ਦੇ ਵਿੱਚ ਪਾਤਸ਼ਾਹ ਨੇ ਇੱਕ ਮਾਈ ਦਾ ਥਾਨ ਲੈਣਾ ਸੀ। ਉਹਨੇ ਮਾਈ ਨੇ ਸੂਤਰ ਕੱਤ ਕੇ ਚੋਲਾ ਤਿਆਰ ਕੀਤਾ ਸੀ। ਉਹ ਮਾਈ ਕਹਿੰਦੇ ਸਤਿਗੁਰੂ 6ਵੇਂ ਪਾਤਸ਼ਾਹ ਦੇ ਸਮੇਂ ਵੀ ਉੱਥੇ ਰਹਿੰਦੀ ਸੀ, ਉਦੋਂ ਵਿਆਹੀ ਸੀ, ਉੱਥੇ ਨੌਜਵਾਨ ਸੀ ਅਤੇ ਗੁਰੂ ਸਾਹਿਬ ਜੀ ਨੂੰ ਇਹ ਬੜੇ ਪ੍ਰੇਮ ਨਾਲ ਯਾਦ ਕਰਦੀ ਸੀ। ਉਹਦੇ ਸਹੁਰੇ ਜਿਹੜੇ ਸੀ ਉਹ ਮਨਮਤੀਏ ਸਨ ਅਤੇ ਗੁਰੂ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਨੂੰ ਬੇਨਤੀਆਂ ਕਰਦੀ ਸੀ ਜੇ ਮਹਾਰਾਜ ਕਿਰਪਾ ਕਰਨ, ਮੇਰੇ ਸਹੁਰਿਆਂ ਨੂੰ ਮੱਤ ਦੇਣ, ਆਉਣ ਇੱਥੇ ਦਰਸ਼ਨ ਦੇਣ, ਮੈਨੂੰ ਇਸ ਨਰਕ ਵਿੱਚੋਂ ਕੱਢਣ। ਅਤੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਤੋਂ ਵਾਪਸ ਆਉਂਦੇ ਹੋਏ ਆਗਰੇ ਜਦੋਂ ਠਹਿਰੇ ਨੇ, ਉਸ ਮਾਈ ਦੀ ਗਲੀ ਦੇ ਵਿੱਚ ਘੋੜਾ ਜਾ ਕੇ ਰੋਕਿਆ ਅਤੇ ਉਸ ਮਾਈ ਨੂੰ ਦਰਸ਼ਨ ਦਿੱਤੇ।
ਉਦੋਂ ਜਵਾਨ ਸੀ ਬੱਚੀ ਸੀ ਤੇ ਉਹਨੇ ਸਤਿਗੁਰਾਂ ਦੇ ਨਮਸਕਾਰ ਕੀਤੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖੀ ਦੀ ਕਮਾਈ ਕੀਤੀ ਪਰਿਵਾਰ ਨੂੰ ਵੀ ਸਮਾਰਗ ਪਾਇਆ ਉਹ ਮਾਈ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਬਹੁਤ ਬਿਰਧ ਹੋ ਚੁੱਕੀ ਸੀ ਉਹਨੇ ਆਪ ਆਪਣੇ ਹੱਥ ਨਾਲ ਸੂਤਰ ਕੱਤ ਕੇ ਥਾਨ ਬਣਾਇਆ ਬਸਤਰ ਗੁਰੂ ਤੇਗ ਬਹਾਦਰ ਸਾਹਿਬ ਉਹ ਲੈਣਾ ਸੀ ਇਸ ਕਰਕੇ ਆਗਰੇ ਪਹੁੰਚ ਗਏ ਮਾਈ ਦਾ ਥਾਨ ਜਿੱਥੇ ਲਿਆ ਉਸ ਜਗ੍ਹਾ ਦਾ ਨਾਮ ਗੁਰਦੁਆਰਾ ਮਾਈ ਥਾਨ ਹੈ ਆਗਰੇ ਦੇ ਵਿੱਚ ਗੁਰਦੁਆਰਾ ਮਾਈ ਥਾਨ ਮਾਈ ਦੇ ਉੱਥੇ ਸਤਸੰਗ ਹੁੰਦਾ ਕੀਰਤਨ ਹੁੰਦਾ ਹੁਣ ਗੁਰਦੁਆਰਾ ਸੁੰਦਰ ਬਣ ਚੁੱਕਾ ਸੋ ਖਾਲਸਾ ਜੀ ਉੱਥੇ ਜਾ ਕੇ ਸਤਿਗੁਰੂ ਗ੍ਰਿਫਤਾਰੀ ਕੀਤੀ ਹੈ ਛੇ ਨੌਵੇਂ ਪਾਤਸ਼ਾਹ ਜੀ ਨੇ ਉੱਥੋਂ ਮਹਾਰਾਜ ਗ੍ਰਿਫਤਾਰ ਕਰਕੇ ਸਤਿਗੁਰਾਂ ਨੂੰ ਦਿੱਲੀ ਲਿਆਂਦਾ ਗਿਆ ਬੜੀ ਲੰਮੀ ਕਥਾ ਹੈ ਜੇ ਆਪਾਂ ਕਰੀਏ ਕਈ ਘੰਟੇ ਲੱਗਦੇ ਵਿਸਥਾਰ ਸੂਰਜ ਪ੍ਰਕਾਸ਼ ਪੜ੍ਹ ਸਕਦੇ ਹਾਂ ਦੇਖ ਸਕਦੇ ਹਾਂ ਮਹਾਰਾਜ ਦਿੱਲੀ ਆ ਗਏ ਜਦੋਂ ਚਾਂਦਨੀ ਚੌਂਕ ਸਤਿਗੁਰਾਂ ਨੂੰ ਕੋਤਵਾਲੀ ਦੇ ਵਿੱਚ ਪਹਿਲਾਂ ਨਜ਼ਰਬੰਦ ਰੱਖਿਆ ਗਿਆ ਆਪ ਤੁਰਕਾਂ ਦੇ ਘਰ ਪਹੁੰਚੇ ਸੱਚੇ ਪਾਤਸ਼ਾਹ ਆਪ ਗ੍ਰਿਫਤਾਰੀ ਦਿੱਤੀ ਕਿਉਂਕਿ ਉਹਨਾਂ ਨੇ ਧਰਮ ਦੀ ਰਾਖੀ ਦੀ ਸੀਸ ਵਾਰਨ ਸੀ ਇੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਦੁਸ਼ਾਲਾ ਆਪ ਭੇਜਿਆ ਸੀ ਨਾ ਆਗਰੇ ਦੇ ਵਿੱਚ ਜਦੋਂ ਮਹਾਰਾਜ ਜਿੱਥੇ ਅੱਜ ਕੱਲ੍ਹ ਗੁਰੂ ਕਾ ਤਾਰ ਹੈ ਨਾ ਖਾਲਸਾ ਜੀ ਇਹ ਆਗਰੇ ਸ਼ਹਿਰ ਦੇ ਬਾਅਦ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਹੀ ਸਥਾਨ ਹੈ ਗੁਰੂ ਕਾ ਤਾਰ ਉੱਥੇ ਬੜਾ ਪੁਰਾਣਾ ਤਾਲਾਬ ਬਾਦਸ਼ਾਹੀ ਸੀ ਅਤੇ ਕਹਿੰਦੇ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਪਹਿਲਾਂ ਹੀ ਚਰਨ ਪਾਏ ਸਨ ਉੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਥੜੇ 'ਤੇ ਜਾ ਬੈਠੇ ਅਤੇ ਇੱਕ ਆਜੜੀ ਭੇਡਾਂ ਚਾਰਨ ਵਾਲੇ ਹਸਨ ਅਲੀ ਨੂੰ ਬੁਲਾ ਕੇ ਕਹਿਣ ਲੱਗੇ ਕਾਕਾ ਸਾਡਾ ਇਹ ਕੰਮ ਕਰ ਸਾਨੂੰ ਖਾਣ ਵਾਸਤੇ ਬਾਜ਼ਾਰੋਂ ਮਠਿਆਈ ਲਿਆ ਕੇ ਦੇ ਉਹ ਕਹਿੰਦਾ ਜੀ ਮੇਰੀਆਂ ਭੇਡਾਂ ਦਾ ਕੌਣ ਖਿਆਲ ਰੱਖੇਗਾ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭੇਡਿਆਂ ਤੇਰੀਆਂ ਕਿਤੇ ਨਹੀਂ ਜਾਂਦੀਆਂ ਇੱਥੇ ਚੁਗਦੀਆਂ ਅਸੀਂ ਬੈਠੇ ਹਾਂ ਅਤੇ ਤੂੰ ਸਾਡੇ ਵਾਸਤੇ ਮਠਿਆਈ ਲਿਆ ਉਹ ਕਹਿੰਦਾ ਜੀ ਮਾਇਆ ਪੈਸੇ ਮਹਾਰਾਜ ਨੇ ਆਪਣੇ ਹੱਥੋਂ ਬੜੀ ਕੀਮਤੀ ਹੀਰੇ ਵਾਲੀ ਛਾਪ ਲਾ ਕੇ ਦਿੱਤੀ ਕਹਿੰਦੇ ਆਹ ਲੈ ਜਾ ਛਾਪ ਦੀ ਮਠਿਆਈ ਲੈ ਆ ਉਹ ਕਹਿੰਦਾ ਜੀ ਕੋਈ ਝੋਲਾ ਥੈਲਾ ਕੋਈ ਕੱਪੜਾ ਹੋਵੇ ਜੇ ਜੇ ਪਵਾ ਲਿਆ ਵਾ ਉਦੋਂ ਮਠਿਆਈ ਪੈਕਿੰਗ ਨਹੀਂ ਸੀ ਹੁੰਦੀ ਆਪਣੇ ਕੱਪੜੇ 'ਚ ਪਵਾ ਕੇ ਲਿਆਉਣੀ ਪੈਂਦੀ ਸੀ ਪੁਰਾਣੇ ਜ਼ਮਾਨੇ ਦੀ ਗੱਲਾਂ ਮਹਾਰਾਜ ਮੋਢੇ ਤੋਂ ਦੁਸ਼ਾਲਾ ਬਹੁਤ ਕੀਮਤੀ 2000 ਦਾ ਕਹਿੰਦੇ ਉਹ ਦੁਸ਼ਾਲਾ ਸੀ ਉਸ ਜ਼ਮਾਨੇ 'ਚ ਉਹ ਦਿੱਤਾ ਕਹਿੰਦੇ ਜੇ ਪਵਾ ਲਿਆਈ ਜਦੋਂ ਉਹ ਲੈ ਕੇ ਤੁਰਿਆ ਅਤੇ ਪਿੱਛੋਂ ਭਾਈ ਮਤੀ ਦਾਸ ਜੀ ਬੜੇ ਹੈਰਾਨ ਹੋ ਗਏ ਪੁੱਛਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਤਾਂ ਕਦੀ ਬਾਜ਼ਾਰ ਦੀ ਮਠਿਆਈ ਖਾਧੀ ਨਹੀਂ ਨਾ ਕਦੀ ਆਪ ਜੀ ਨੇ ਇਹੋ ਜਿਹੇ ਪਕਵਾਨਾਂ ਦੀ ਰਸ ਮਨ ਵਿੱਚ ਰੱਖਿਆ ਬਿਰਤੀ ਨਹੀਂ ਰੱਖੀ ਅਸੀਂ ਪ੍ਰਸ਼ਾਦਾ ਸੁੱਖਾ ਮਿੱਸਾ ਬਣਾ ਕੇ ਦਿੰਦੇ ਤੁਸੀਂ ਛਕ ਲੈਂਦੇ ਹੋ ਅੱਜ ਕੀ ਗੱਲ ਬਾਜ਼ਾਰ ਤੋਂ ਮਠਿਆਈ ਕਿਉਂ ਮੰਗਵਾ ਰਹੇ ਹੋ ਮਹਾਰਾਜ ਕਹਿੰਦੇ ਮਤੀ ਦਾਸ ਜੀ ਕਰਤਾਰ ਦੇ ਰੰਗ ਦੇਖੀ ਦੇ ਹੁੰਦੇ ਆ ਕੌਤਕ ਵੇਖੋ ਪਰਮੇਸ਼ੁਰ ਕੀ ਕਰਨ ਵਾਲਾ ਹੈ ਹਸਨ ਅਲੀ ਜਿਹੜਾ ਸੀ ਸਾਧ ਸੰਗਤ ਜੀ ਇਹਦੇ ਘਰ ਜਵਾਨ ਕੁੜੀ ਸੀ ਔਰ ਇਹਨੇ ਸੁਣਿਆ ਸੀ ਵੀ ਜਿਹੜਾ ਗੁਰੂ ਤੇਗ ਬਹਾਦਰ ਨੂੰ ਫੜਾਏਗਾ ਉਹਨੂੰ 500 ਰੁਪਈਆ ਇਨਾਮ ਮਿਲੇਗਾ ਉਦੋਂ 500 ਲੱਖਾਂ ਵਰਗਾ ਸੀਗਾ ਬੜਾ ਉਸ ਪੈਸੇ ਦਾ ਬੜਾ ਉਦੋਂ ਮੁੱਲ ਸੀ ਪਰ ਉਹਨੂੰ ਨਹੀਂ ਪਤਾ ਵੀ ਮੈਂ ਕਿਹੜੇ ਕੰਮ ਲਈ ਜਾ ਰਿਹਾ ਇਹੀ ਗੁਰੂ ਤੇਗ ਬਹਾਦਰ ਕਹਿੰਦੇ ਹਸਨ ਅਲੀ ਲੈ ਕੇ ਉਹ ਦੁਸ਼ਾਲਾ ਅਤੇ ਛਾਪ ਮਠਿਆਈ ਦੀ ਦੁਕਾਨ 'ਤੇ ਜਿਹੜੀ ਅੱਜ ਆਗਰੇ ਸ਼ਹਿਰ ਦੇ ਵਿੱਚ ਚਬੂਤਰਾ ਹੈ ਉਹਦੇ ਲਾਗੇ ਅਜੇ ਵੀ ਉਹ ਦੁਕਾਨਾਂ ਕਹਿੰਦੇ ਮਠਿਆਈ ਦੀਆਂ ਅਜੇ ਵੀ ਉੱਥੇ ਹਲਵਾਈਆਂ ਦੀਆਂ ਦੁਕਾਨਾਂ ਹਨ ਅਤੇ ਉਹ ਚਬੂਤਰਾ ਜਿੱਥੇ ਚਬੂਤਰੇ ਦਾ ਮਤਲਬ ਹੈ ਵੀ ਚੌਂਕੀ ਪੁਲਿਸ ਚੌਂਕੀ ਪੁਲਿਸ ਪੋਸਟ ਉਹ ਜਿਹੜੀ ਉੱਥੇ ਸੀਗੀ ਕੋਤਵਾਲ ਉੱਥੇ ਬੈਠਦਾ ਸੀ ਨੇੜੇ ਹੀ ਸੀ ਹਲਵਾਈ ਦੀ ਦੁਕਾਨ ਦੇ ਉੱਥੇ ਜਾ ਕੇ ਉਹਨੇ ਛਾਪ ਰੱਖ ਦਿੱਤੀ ਕਹਿਣ ਲੱਗਾ ਜੀ ਆਹ ਛਾਪ ਲੈ ਲਓ ਅਤੇ ਇਹਦੇ 'ਚ ਮਠਿਆਈ ਪਾ ਦਿਓ ਕਿਉਂਕਿ ਉਹ ਵਿਚਾਰਾ ਗਰੀਬ ਆਦਮੀ ਸੀ ਉਹਨੇ ਕਿਹੜਾ ਕਦੀ ਮਠਿਆਈ ਖਰੀਦੀ ਸੀ ਬਹੁਤ ਗਰੀਬ ਸੀ ਆਜੜੀ ਸੀ ਉਹਨੂੰ ਇਹ ਪਤਾ ਹੀ ਨਹੀਂ ਸੀ ਵੀ ਛਾਪ ਦਾ ਮੁੱਲ ਕਰਾਈਦਾ ਛਾਪ ਦੇ ਬਾਕੀ ਪੈਸੇ ਲੈਣੇ ਆ ਜਾਂ ਕੀ ਕਰਨਾ ਉਹਨੇ ਛਾਪ ਸਿੱਧੇ ਜੀ ਰੱਖ ਦਿੱਤੀ ਕੱਪੜਾ ਇੱਦਾਂ ਕਰਤਾ ਹਲਵਾਈ ਦੇਖੇ ਵੀ ਇਹ ਤੇ ਕੰਮ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ ਵਾਲੀ ਗੱਲ ਬਣੀ ਪਈ ਹੈ ਇਹ ਕੋਈ ਚੋਰੀ ਕਰਕੇ ਲਿਆਇਆ ਇੰਨੀ ਮਹਿੰਗੀ ਛਾਪ ਹੈ ਹਜ਼ਾਰਾਂ ਰੁਪਿਆਂ ਦੀ ਇੰਨਾ ਮਹਿੰਗਾ ਕੱਪੜਾ ਇਹਦੇ 'ਚ ਮਠਿਆਈ ਪਾਏਗਾ ਉਹਨੇ ਬਾਹੋਂ ਫੜ ਲਿਆ ਅਤੇ ਜਾ ਕੇ ਕੋਤਵਾਲ ਕੋਲ ਪੇਸ਼ ਕਰ ਦਿੱਤਾ ਜੀ ਆਹ ਚੋਰ ਮੇਰੇ ਕੋਲ ਛਾਪ ਲਿਆਇਆ ਅਤੇ ਦੁਸ਼ਾਲਾ ਕਿਤੇ ਮੈਨੂੰ ਨਾ ਫਸਾ ਦੇਵੇ ਕੋਤਵਾਲ ਨੇ ਦਬਕਾ ਮਾਰਿਆ ਓਏ ਕੌਣ ਹੈ ਤੂੰ ਕਿੱਥੋਂ ਚੋਰੀ ਕੀਤੀ ਹੈ ਉਹ ਕਹਿੰਦਾ ਜੀ ਅੱਲਾਹ ਤਾਲਾ ਦੀ ਕਸਮ ਮੈਂ ਕੋਈ ਚੋਰੀ ਨਹੀਂ ਕੀਤੀ ਮੈਨੂੰ ਕੋਈ ਮਹਾਂਪੁਰਸ਼ ਬਾਹਰ ਬੈਠੇ ਉਹਨਾਂ ਨੇ ਛਾਪ ਦਿੱਤੀ ਆ ਮਠਿਆਈ ਦੇ ਲੈਣ ਵਾਸਤੇ ਭੇਜਿਆ ਉਹ ਕਹਿਣ ਲੱਗੇ ਵੀ ਇਹੋ ਜਿਹਾ ਕਿਹੜਾ ਮਹਾਂਪੁਰਸ਼ ਹੈ ਜਿਹੜਾ ਛਾਪ ਐਵੇਂ ਦੇ ਦੇਗਾ ਲੱਖਾਂ ਹਜ਼ਾਰਾਂ ਰੁਪਇਆਂ ਦੀ ਛਾਪ ਹੈ ਦੁਸ਼ਾਲਾ ਬੜਾ ਮਹਿੰਗਾ ਹੈ ਅਤੇ ਮਠਿਆਈ ਦੇ ਬਦਲੇ ਕੌਣ ਦੇਗਾ ਬਿਨਾਂ ਜਾਣ ਪਛਾਣ ਦੇ ਉਹਨੇ 5 ਬੰਦੇ ਫਟਾਫਟ ਘੋੜ ਸਵਾਰ ਭੇਜੇ ਗੁਰੂ ਕੇ ਤਾਲ ਵਾਲੀ ਥਾਂ 'ਤੇ ਆ ਕੇ ਉਹਨਾਂ ਸਿਪਾਹੀਆਂ ਨੇ ਪੁੱਛਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਹਾਰਾਜ ਤੁਸੀਂ ਕੌਣ ਕਿੱਥੋਂ ਆਏ ਹੋ ਕੀ ਪ੍ਰਯੋਜਨ ਹੈ ਤੁਸੀਂ ਕਿਸੇ ਬੰਦੇ ਨੂੰ ਛਾਪ ਦਿੱਤੀ ਹੈ
ਮਹਾਰਾਜ ਕਹਿਣ ਲੱਗੇ ਹਾਂ ਸ਼ਾਪ ਅਸੀਂ ਦਿੱਤੀ ਆ ਜਿਹੜੀ ਨੂੰ ਆਹ ਭੇਡਾਂ ਉਹਦੀਆਂ ਚੁਗਦੀਆਂ ਪਈਆਂ ਮਠਿਆਈ ਲੈਣ ਭੇਜਿਆ ਸਾਡਾ ਨਾਂ ਗੁਰੂ ਤੇਗ ਬਹਾਦਰ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਹਾਂ ਉਹ ਲੱਭਦੇ ਫਿਰਦੇ ਸੀਗੇ ਉਹ ਭੱਜ ਕੇ ਗਏ ਕਹਿਣ ਲੱਗੇ ਜੀ ਗੁਰੂ ਤੇਗ ਬਹਾਦਰ ਬੈਠੇ ਆ ਪੰਜ ਸਿੱਖਾਂ ਸਮੇਤ ਉਸੇ ਵੇਲੇ ਆ ਕੇ ਕੋਤਵਾਲ ਨੇ ਬਾਗ ਨੂੰ ਘੇਰਾ ਪਾ ਲਿਆ 400 ਸਿਪਾਹੀ ਕਹਿੰਦੇ ਆਏ ਸਨ 400 ਸਿਪਾਹੀਆਂ ਸਮੇਤ ਘੇਰਾ ਪਾ ਕੇ ਜਿੱਥੇ ਸਤਿਗੁਰੂ ਬੈਠੇ ਸਨ ਉਸ ਤੋਂ 10 ਕਦਮ ਪਰੇ ਇੱਕ ਪੁਰਾਣੀ ਬਿਲਡਿੰਗ ਸੀ ਉਸ 'ਚ ਮਹਾਰਾਜ ਨੂੰ ਨਜ਼ਰਬੰਦ ਕਰ ਲਿਆ ਬੇਨਤੀ ਕੀਤੀ ਮਹਾਰਾਜ ਤੁਹਾਨੂੰ ਔਰੰਗਜ਼ੇਬ ਬਾਦਸ਼ਾਹ ਕੋਲ ਲੈ ਜਾਣਾ ਸਾਡੀ ਮਜਬੂਰੀ ਸਾਡੀ ਡਿਊਟੀ ਮਹਾਰਾਜ ਕਹਿੰਦੇ ਅਸੀਂ ਆਪ ਹੀ ਇੱਥੇ ਇਸ ਵਾਸਤੇ ਆਏ ਹਾਂ ਫਿਰ ਉੱਥੋਂ ਸਤਿਗੁਰੂ ਜੀ ਨੂੰ ਉੱਥੇ ਰੱਖਿਆ ਅਤੇ ਦਿੱਲੀ ਖਬਰ ਕੀਤੀ ਬਾਦਸ਼ਾਹ ਕੋਲ ਵੀ ਇੱਦਾਂ ਇੱਦਾਂ ਗੁਰੂ ਤੇਗ ਬਹਾਦਰ ਸਾਡੇ ਕੋਲ ਆ ਗਏ ਨਜ਼ਰਬੰਦ ਆ ਉਹਨੂੰ ਕਿੱਦਾਂ ਭੇਜੀਏ ਬਾਦਸ਼ਾਹ ਨੇ 12,000 ਫੌਜ ਦਿੱਲੀ ਤੋਂ ਭੇਜੀ 12,000 ਫੌਜ 'ਚੋਂ 3,000 ਅੱਗੇ 3 ਪਿੱਛੇ 3 ਸੱਜੇ 3 ਖੱਬੇ ਤਾਂ ਕਿ ਗੁਰੂ ਤੇਗ ਬਹਾਦਰ ਨੂੰ ਕੋਈ ਛੁਡਾ ਕੇ ਨਾ ਲੈ ਜਾਏ ਕਿਉਂਕਿ ਉਹਨਾਂ ਦਾ ਉਸ ਵੇਲੇ ਪ੍ਰਤਾਪ ਸਾਰੀ ਦੁਨੀਆਂ ਵਿੱਚ ਸੀ ਕਿ ਕੋਈ ਹਿੰਦੂ ਰਾਜਾ ਕੋਈ ਰਾਜਸਥਾਨ ਦਾ ਰਾਜਾ ਹੀ ਨਾ ਹਮਲਾ ਕਰ ਦੇਵੇ ਕੋਈ ਸਿੱਖਾਂ ਦਾ ਹੀ ਹਮਲਾ ਨਾ ਕਰ ਦੇਵੇ ਕੋਈ ਛੁਡਾ ਕੇ ਨਾ ਲੈ ਜਾਏ ਸੋ ਸਤਿਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ ਜਿੱਥੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੜੇ ਸਤਿਕਾਰ ਨਾਲ ਪਾਤਸ਼ਾਹ ਔਰੰਗਜ਼ੇਬ ਨੇ ਰੱਖਿਆ ਬੇਨਤੀਆਂ ਕਰਦਾ ਰਿਹਾ ਮਹਾਰਾਜ ਤੁਸੀਂ ਕੋਈ ਐਸਾ ਰਾਹ ਕੱਢੋ ਵੀ ਹਿੰਦੂ ਅਤੇ ਮੁਸਲਮਾਨ ਆਪਸ 'ਚ ਲੜੀ ਜਾਂਦੇ ਇਕੱਠੇ ਹੋ ਜਾਣ ਮਹਾਰਾਜ ਕਹਿੰਦੇ ਤੂੰ ਕੀ ਚਾਹੁੰਦਾ ਕਹਿੰਦਾ ਮੈਂ ਚਾਹੁੰਦਾ ਵੀ ਇਹ ਮੁਸਲਮਾਨ ਬਣ ਜਾਣ ਅਤੇ ਲੜਾਈ ਖਤਮ ਹੋ ਜਾਵੇ ਤੁਹਾਡੀ ਕੀ ਰਾਏ ਆ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਸਾਡੀ ਰਾਏ ਬਾਅਦ 'ਚ ਦੱਸਾਂਗੇ ਪਹਿਲਾਂ ਸਾਡੇ ਕਿ ਕੰਮ ਕਰ ਕਹਿੰਦਾ ਦੱਸੋ ਮਹਾਰਾਜ ਕਹਿੰਦੇ 5 ਮਣ ਕਾਲੀਆਂ ਮਿਰਚਾਂ ਅੱਗ ਲਾ ਕੇ ਸਾੜ 5 ਮਣ ਕਾਲੀਆਂ ਮਿਰਚਾਂ ਪਾਈਆ ਮਿਰਚਾਂ ਕਿਸੇ ਚੰਗੇ ਤੋਂ ਹਿਸਾਬ ਕਿਤਾਬ ਵਾਲੇ ਨੂੰ ਦੇ ਦਿਓ ਅਤੇ ਉਹਨੂੰ ਕਿਹਾ ਵੀ ਪਾਈਆ ਮਿਰਚਾਂ ਦੇ ਦਾਣੇ ਗਿਣ ਨਹੀਂ ਗਿਣੇ ਜਾਂਦੇ ਪਾਈਆ ਮਿਰਚਾਂ ਦੇ ਦਾਣੇ ਸਹੀ ਨਹੀਂ ਬੰਦਾ ਗਿਣ ਸਕਦਾ ਵੀ ਕਿੰਨੇ ਕੁ 100 ਹਨ ਕਿੰਨੇ 1,000 ਹਨ ਅਤੇ 5 ਮਣ ਕਾਲੀਆਂ ਮਿਰਚਾਂ ਅੱਗ ਲਾ ਦਿੱਤੀ ਸਾੜ ਦਿੱਤੀਆਂ ਕਹਿੰਦੇ ਹੁਣ ਕੀ ਕਰੀਏ ਮਹਾਰਾਜ ਕਹਿੰਦੇ ਇਹਨੂੰ ਮਸਲ ਦਿਓ ਜਦੋਂ ਮਸਲ ਦਿੱਤੀਆਂ ਅਤੇ ਕੱਪੜ ਛਾਣ ਕਰ ਦਿਓ ਕੱਪੜ ਛਾਣ ਕਰ ਦਿੱਤੀ ਸੁਆਹ ਉਹਦੀ ਛਣ ਗਈ ਸਭ ਕੁਛ 3 ਦਾਣੇ ਸਾਬਤ ਨਿਕਲੇ ਜਦੋਂ 3 ਦਾਣੇ ਸਾਬਤ ਨਿਕਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਜੀ 3 ਦਾਣੇ ਬਚੇ ਆ ਮਹਾਰਾਜ ਕਹਿੰਦੇ ਬਾਦਸ਼ਾਹ ਨੂੰ ਦਿਖਾਓ ਅਤੇ ਸਵਾਲ ਦਾ ਜਵਾਬ ਆ ਗਿਆ ਬਾਦਸ਼ਾਹ ਕਹਿੰਦਾ ਮੈਨੂੰ ਕੀ ਪਤਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਕਹਿੰਦੇ ਤੂੰ ਤੇ 2 ਤੋਂ 1 ਕਰਨਾ ਚਾਹੁੰਦਾ 2 ਤੋਂ 1 ਕਰਨਾ ਚਾਹੁੰਦਾ ਪਰ ਅਕਾਲ ਪੁਰਖ ਪਰਮੇਸ਼ਰ ਨੂੰ ਮਨਜ਼ੂਰ ਹੈ ਦੂਸਰੇ ਦੀ ਥਾਂ 'ਤੇ ਤੀਸਰਾ ਪੰਥ ਵੀ ਚੱਲਣ ਵਾਲਾ ਹੈ ਦੋ ਪੰਥ ਮੈਂ ਕਪਟ ਵਿੱਦਿਆ ਚਲਾਨੀ ਬਹੁਤ ਤੀਸਰਾ ਪੰਥ ਕੀਜਾ ਪ੍ਰਧਾਨੀ ਤੀਸਰਾ ਪੰਥ ਖਾਲਸਾ ਪੰਥ ਕਰੋ ਖਾਲਸਾ ਪੰਥ ਤੀਸਰ ਪ੍ਰਵੇਸ਼ਾ ਜਗੈ ਸਿੰਘ ਜੋਧੇ ਧਰੈ ਨੀਲ ਭੇਸਾ ਇਹ ਤੀਸਰਾ ਪੰਥ ਖਾਲਸਾ ਚੱਲਣ ਵਾਲਾ ਤੂੰ ਤੇ 2 ਤੋਂ 1 ਕਰਨਾ ਚਾਹੁੰਦਾ ਐਸੇ ਜਵਾਬ ਸੁਣ ਕੇ ਔਰੰਗਜ਼ੇਬ ਨੇ ਸਮਝ ਲਿਆ ਵੀ ਇਹ ਹੁਣ ਮੇਰੀ ਈਨ ਨਹੀਂ ਮੰਨਣਗੇ ਪਾਤਸ਼ਾਹ ਨੂੰ ਪਿੰਜਰੇ ਵਿੱਚ ਵੀ ਰੱਖਿਆ ਗਿਆ ਹੋਰ ਵੀ ਬੜੇ ਕਸ਼ਟ ਦਿੱਤੇ ਅਖੀਰ ਸਾਹਮਣੇ ਭਾਈ ਮਦੀ ਦਾਸ ਜੀ ਵਰਗੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਆਰਿਆਂ ਨਾਲ ਚੀਰ ਚੀਰ ਕੇ ਦੇਗਾਂ 'ਚ ਉਬਾਲ ਉਬਾਲ ਕੇ ਰੂਈ 'ਚ ਸਾੜ ਸਾੜ ਕੇ ਅਡੋਲ ਰਹਿ ਕੇ 11 ਨਵੰਬਰ ਸੰਨ 1675 ਨੂੰ ਮਹਾਰਾਜ ਸੱਚੇ ਪਾਤਸ਼ਾਹ ਚਾਂਦਨੀ ਚੌਂਕ ਵਿੱਚ ਸੀਸ ਦੀਆ ਪਰ ਸਿਰ ਨਾ ਦੀਆ ਮਹਾਨ ਸਾਕਾ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਉਹ ਸ਼ਹੀਦੀ ਦਾ ਅਸਰ ਹਿੰਦੁਸਤਾਨ ਦੇ ਲੋਕਾਂ 'ਤੇ ਪਿਆ ਉਹ ਜਿਹੜੇ ਬ੍ਰਾਹਮਣ ਖੱਤਰੀ ਵੈਸ ਸ਼ੂਦਰ ਡਰਦੇ ਮਾਰੇ ਮੁਸਲਮਾਨ ਬਣ ਰਹੇ ਸਨ ਉਹਨਾਂ ਦੇ ਅੰਦਰ ਗੱਲ ਆਈ ਵੀ ਮਰਨਾ ਤਾਂ ਫਿਰ ਵੀ ਹੈ ਕਿਉਂ ਨਾ ਅਸੀਂ ਆਪਣੇ ਧਰਮ 'ਚ ਰਹਿ ਕੇ ਮਰੀਏ ਉਹ ਹਿੰਦੂ ਧਰਮ ਤਾਂ ਬਚਿਆ ਜੇ ਗੁਰੂ ਤੇਗ ਬਹਾਦਰ ਸਾਹਿਬ ਆਦਰਸ਼ ਨਾ ਬਣਦੇ ਉਹ ਬੇੜਾ ਡੁੱਬ ਜਾਣਾ ਸੀ ਆਖੋ ਸਤਨਾਮ ਸੀ ਅਤੇ ਉਹਨਾਂ ਲੋਕਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਗਿੱਦੜੋਂ ਸ਼ੇਰ ਬਣਾ ਕੇ ਚਿੜੀਆਂ ਤੋਂ ਆਵਾਜ਼ ਤੁੜਾ ਕੇ 10ਵੇਂ ਪਾਤਸ਼ਾਹ ਮਹਾਰਾਜ ਨੇ ਉਹ ਕ੍ਰਿਸ਼ਮਾ ਕੀਤਾ ਜਿਹੜਾ ਸੰਸਾਰ ਦੇ ਅੰਦਰ ਵਿਲੱਖਣ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ
हम ना सकत कर सिफत तुम्हारी, आप लिहो तुम कथा सुधारी। हम ना सकत कर सिफत तुम्हारी, आप लिहो तुम कथा सुधारी। सतनाम वाहिगुरु साहिब जी दोहरा, तौ मरी मोहे सो कही फिर भिन्न भिन्न मोहे समझाए। पंथ रचियो जिम सतगुरु और भयो कित दाए। वाहिगुरु जी का खालसा वाहिगुरु जी की फतेह। गरीब नवाज सच्चे पातशाह जी दी साजी नवाजी हुई। गुरु खालसा साध संगत जी माई भाई सब बड़े भागा वाले हो। रोज़ शाम के दीवाना विच गुरबाणी का कीर्तन ढाडी सिंघां तों गुर इतिहास सरवण करदे हो। श्री गुरु पंथ प्रकाश की कथा पिछले दिनों तो आरंभ की है। भावें यह कथा इतनी महान विशेष है भी ये सारे ही प्रकरण विचारने योग हैं, परंतु समय के अभाव करके विचों विचों असी आप जी नाल विचारां सांझियां कर रहे हैं। फिर भी कोशिश की जा रही है भी जरूरी जरूरी जड़े पक्ष हैं वो संगतां नाल सांझे हो जाए। सो जो भाई साहब जी ने कैप्टन मरी नूं दस्या सी खालसे दा इतिहास, अंग्रेज़ां ने पूछा सी, अंग्रेज़ बार बार पूछी जांदा भी ये गल दसो ये किवें हुई है, ये किवें हुई है हर गल, क्योंकि तुसीं इत्थे अंग्रेज़ां जी रहिंदे हो, इन्ना ज़्यादा अपने पंजाबी नहीं खोजबीन करते जिन्हें ये लोग करते हैं। हर फिर गल नूं बरीकी नाल पुछदे आ ये किवें होया, फिर कि अगे होया, वो की गल होई। तो दिमाग बहुत तेज है इन्हां दा, इस करके सवाल ते सवाल करी जांदे आ। हुण उन्होंने जो सवाल किया भी पंथ किवें रचिया, दसवें पातशाह ने खालसा किवें साजिया, वो हुण कवि जी नूं पुछ रहे ते कवि जी दस रहे आ। सुनो प्यार नाल सारी संगत, आखो सतनाम श्री वाहेगुरु साहिब जी, सतनाम श्री वाहेगुरु साहिब जी। दोहरा तौ मरी मोहे सो कही फिर भिन्न भिन्न मोहे समझाए। कैप्टन मरी कहन लगा भाई रतन सिंह जी सारी गल वखरी वखरी करके निर्णा करके दसो मैनू। पंथ रचियो जिम सतगुरु और भयो कित दाए। खालसा पंथ कलगी धर जी ने किवें रचिया सी, केड़े हालातां विच रचिया सी, क्योंकि गुरु तेग बहादुर साहब दी शहीदी होई ते उस तो बाद गुरु साहब सच्चे पातशाह ने अपने शस्त्रधारी फौजी जवान जदों भर्ती करने शुरू कर दिते ते उस नूं वेख के हकूमत जिहड़ी है वह वैर विरोध की भावना रखण लग पई ते पहाड़ी राजिआं ने बहुत ज़्यादा विरोध किया। वो सारिया गल्लां भाई रतन सिंह ने संखेप विच दस दित्तियां। हुण वह कैप्टन मरी पुछदा भी खालसा किवें साजिआ है। चाओ पई थी तुरकन की बड़ पत साही। क्योंकि तुरकां दी पातशाही बड़ी वड्डी सी, तुरकां दा राज बड़ा वड्डा सी, कहिंदे 22 लख फौज तां हर वेले औरंगजेब कोल तैयार रहिंदी सी जंग करन वास्ते। 22 लख घोड़ सवार सन, हाथियां दी गिणती दा कोई अंत नहीं सी। 10,000 वड्डियां तोपां ते 50,000 छोटियां तोपां सन, एडा वड्डा तोपखाना सी। हजारां सैकड़े किले सन ते खजानियां दा कोई अंत नहीं सी। चढ़दे तो छिपदे तक बंगाल ढक के बंगलादेश तो लै के काबुल तक, कश्मीर लेह लद्दाख चीन की हद तो लै के कन्याकुमारी तक, सारे पासे हिंदुस्तान दे विच बादशाह औरंगजेब का टंका वजदा सी जिवें अजकल अमरीका वड्डी ताकत है। उस वेले खालसा जी हिंदुस्तान दुनिया की सब तो वड्डी ताकत सी, मुगलों की बादशाही। मक्के मदीने तक मुजावर भी जड़े सन, इतिहास जिक्र आउंदा मुसलमानी किताबां च गल्लां आउंदियां ने। मक्के मदीने तक हिंदुस्तान तो राय मंगाई जांदी सी भी तुहाडी की राय है, औरंगजेब जो कहिंदा सी उह उत्थे भी मन्निया जांदा सी, इतना उहदा प्रभाव सीगा, ऐसा वड्डा उहनां दा राज भाग सी। हुकम तुरत लंघ सूबे 22, कहिंदे 22 सूबे सन जिन्हां विच बादशाह औरंगजेब दा हुक्म चलदा सी हिंदुस्तान दे उस वेले, जिवें अज कल पंजाब हरियाणा यूपी बिहार बंगाल मध्य प्रदेश महाराष्ट्र तमिलनाडु केरला सूबे ने ना,
उस वेले 22 सूबे सी औरंगजेब दे हिंदुस्तान दे विच मध समुंदर टापू घने और समुंदर च कई टापू सन जिथे इन्हां दा प्रबंध चलदा सी। समुंदर विच भी चंगा राज इन्हां दा चलदा सी औरंगजेब दा। दखण पूरब पर्वत सने और दखण ते पूर्व दे विच भी औरंगजेब दा हुकम चलदा सी। रैयत हुतो देश उन सारो सारा हिंदुस्तान उन्हां दी रैयत सी। किम कर बध गयो सिंघण पसारो ਇਕ ਰਤਨ ਸਿੰਘ ਜੀ ਇੰਨਾ ਕੁਝ ਹੁੰਦਿਆਂ ਸਿੰਘ ਕਿਵੇਂ ਵੱਧ ਗਏ? ਸਰਕਾਰ ਨੂੰ ਪਤਾ ਨਹੀਂ ਲੱਗਾ, ਸਰਕਾਰ ਨੇ ਸਿੰਘ ਦਬਾਏ ਨਹੀਂ। ਸਿੰਘਾਂ ਦੀ ਤਾਕਤ ਇੰਨੀ ਕਿਵੇਂ ਬਣ ਗਈ ਕਿ ਉਹ ਮੁੱਠੀ ਭਰ ਸਿੰਘ ਪੰਜਾਬ ਦੇ ਰਾਜੇ ਬਾਦਸ਼ਾਹ ਬਣ ਗਏ? ਕਿਵੇਂ ਹੋਇਆ ਹੈ ਸਾਰਾ ਕੁਝ? ਰਈਅਤ ਉਹਨ ਕਿਮ ਆਕੀ ਭਈ, ਐਡਾ ਵੱਡਾ ਔਰੰਗਜ਼ੇਬ ਦਾ ਦਬਦਬਾ ਸੀ ਤੇ ਰਈਅਤ ਉਹਨਾਂ ਤੋਂ ਬਾਗੀ ਕਿਵੇਂ ਹੋ ਗਈ? ਤਿੰਨ ਕੀ ਫੌਜ ਕਹਾਂ ਥੀ ਗਈ, ਪ੍ਰਜਾ ਜਦੋਂ ਬਾਗੀ ਹੋਈ ਤੇ ਫੌਜ ਕਿੱਥੇ ਹੋਈ ਗਈ ਹੋਈ ਸੀ? ਕਿਆ ਔਰੰਗਜ਼ੇਬ ਦੀ ਫੌਜ ਸੁੱਤੀ ਪਈ ਸੀ? ਔਰੰਗਜ਼ੇਬ ਸੁੱਤਾ ਪਿਆ ਸੀ ਵੀ ਉਹਦੇ ਸੁੱਤਿਆਂ ਹੀ ਸਾਰੇ ਸਿੰਘ ਪੈਦਾ ਹੋ ਗਏ ਤੇ ਬਾਗੀ ਹੋ ਗਏ? ਕਹਿ ਉਹਨ ਸਿੰਘਣ ਖਬਰ ਨਾ ਪਾਈ, ਕੀ ਉਹ ਸਰਕਾਰ ਨੂੰ ਸਿੰਘਾਂ ਦੇ ਪੈਦਾ ਹੋਣ ਦੀ ਖਬਰ ਨਹੀਂ ਮਿਲੀ? ਸਿੰਘ ਇੰਨੇ ਹੀ ਖੁਫੀਆ ਤਰੀਕੇ ਨਾਲ ਕੰਮ ਕਰ ਗਏ ਨੇ ਵੀ ਸਰਕਾਰ ਸੁੱਤੀ ਰਹਿ ਗਈ ਹੈ। ਹਾਂਜੀ, ਕਹਿ ਤੁਰਕਨ ਗੁਰੂਆਂ ਬੈਰ ਨਾ ਥਾਈ, ਕਿਆ ਗੁਰੂਆਂ ਦਾ ਤੇ ਬਾਦਸ਼ਾਹ ਔਰੰਗਜ਼ੇਬ ਦੇ ਪਰਿਵਾਰ ਦਾ ਵੈਰ ਨਹੀਂ ਸੀਗਾ? ਜੇ ਵੈਰ ਹੋਵੇ ਤੇ ਬੰਦਾ ਸੁਚੇਤ ਰਹਿੰਦਾ ਹੀ ਹੈ ਨਾ। ਤੇ ਕਹਿਣ ਦਾ ਮਤਲਬ ਅੰਗਰੇਜ਼ ਇਹ ਪੁੱਛ ਰਿਹਾ ਵੀ ਤੁਸੀਂ ਵੱਧ ਕਿਵੇਂ ਗਏ? ਕੀ ਔਰੰਗਜ਼ੇਬ ਸੁੱਤਾ ਸੀ ਜਾਂ ਉਹਦਾ ਆਗੂ ਤੁਹਾਡੇ ਨਾਲ ਕੋਈ ਪਹਿਲਾਂ ਵੈਰ ਵਿਰੋਧ ਨਹੀਂ ਸੀ? ਨਾਲੇ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਗੁਰੂਆਂ ਨੂੰ ਤੱਤੀਆਂ ਤਵੀ 'ਤੇ ਪਾਇਆ, ਸ਼ਹੀਦ ਕੀਤਾ, ਫਿਰ ਇਹਦਾ ਮਤਲਬ ਉਹਨਾਂ ਦੀ ਨਿਗਾਹ ਤਾਂ ਪੂਰੀ ਹੋਣੀ ਹੈ, ਚੌਕਸੀ ਤਾਂ ਪੂਰੀ ਹੋਵੇਗੀ, ਉਹਨਾਂ ਦੀ CID ਸ੍ਰੀ ਅਨੰਦਪੁਰ ਸਾਹਿਬ ਘੁੰਮਦੀ ਹੋਏਗੀ, ਸਾਰਾ ਕੁਝ ਹੁੰਦਿਆਂ ਵੀ ਕਿਵੇਂ ਵੱਧ ਗਏ? ਕਹਿ ਤੁਰਕਨ ਸਿੰਘਣ ਹੋ ਗਈ ਮੀਜਾ, ਜਾਂ ਕਿ ਤੁਰਕਾਂ ਦੀ ਤੇ ਸਿੰਘਾਂ ਦੀ ਸੁਲਾਹ ਹੋ ਗਈ ਸੀ ਉਸ ਵੇਲੇ? ਵੀ ਸੁਲਾਹ ਹੋਈ ਹੋਵੇ ਨਾ ਤੇ ਫਿਰ ਬੰਦਾ ਹੌਲੇ ਹੌਲੇ ਵੱਧਦਾ ਰਹਿੰਦਾ। ਕਿਆ ਤੁਰਕਾਂ ਨੇ ਸਿੰਘਾਂ ਨੇ ਆਪਸ 'ਚ ਕੋਈ ਮਤਾ ਕਰ ਲਿਆ ਸੀ ਵੀ ਤੁਸੀਂ ਕੰਮ ਕਰੀ ਚੱਲੋ, ਅਸੀਂ ਨਹੀਂ ਤੁਹਾਨੂੰ ਕੁਝ ਕਹਿੰਦੇ, ਏਦਾਂ ਕੋਈ ਗੱਲ ਹੋਈ ਸੀ? ਹਾਂਜੀ, ਕਹਿ ਉਹਨ ਜਾਣਿਓ ਪੰਥਨ ਤੀਜਾ, ਕਿਆ ਉਹਨਾਂ ਨੇ ਤੀਜੇ ਪੰਥ ਬਾਰੇ ਜਾਣਿਆ ਨਹੀਂ? ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਇਹ ਤੀਸਰਾ ਪੰਥ ਪੈਦਾ ਹੋ ਰਿਹਾ ਹੈ, ਸਾਡੇ ਅੱਗੇ ਕੰਡੇ ਖਿਲਾਰ ਦੇਣਗੇ? ਕਹਿ ਉਹਨ ਮੈਂ ਨਾ ਥੋ ਕੋ ਸਿਆਣੋ, ਕਿਆ ਮੁਗਲਾਂ 'ਚ ਕੋਈ ਸਿਆਣਾ ਕੋਈ ਨਹੀਂ ਸੀ? ਦਿੱਲੀ ਦੇ ਵਿੱਚ, ਲਾਹੌਰ ਦੇ ਵਿੱਚ, ਪਿਸ਼ੌਰ ਦੇ ਵਿੱਚ ਵੱਡੇ ਵੱਡੇ ਸੂਬੇਦਾਰ ਬੈਠੇ ਸੀ, ਉਹ ਮੂਰਖ ਹੀ ਸੀ ਸਾਰੇ ਵੀ ਉਹਨਾਂ ਨੇ ਖਿਆਲ ਨਹੀਂ ਕੀਤਾ ਵੀ ਸਿੰਘ ਪੈਦਾ ਹੋ ਰਹੇ ਨੇ, ਸਾਡੇ ਲਈ ਮੁਸੀਬਤ ਬਣਨਗੇ। ਤਾਂ ਉਹਨਾਂ ਨਾਹੇ ਸਿੰਘਣ ਹੋਤ ਪਛਾਨੋ, ਕਿਆ ਉਹਨਾਂ ਨੂੰ ਸਿੰਘਾਂ ਦੀ ਪਛਾਣ ਨਹੀਂ ਹੋਈ? ਇੱਕ ਤੋਂ ਇੱਕ ਸਵਾਲ ਕਰੀ ਜਾਂਦਾ। ਦੇਖੋ ਕਿ ਅੰਗਰੇਜ਼ ਦਾ ਦਿਮਾਗ ਹੈ, ਹਰ ਗੱਲ ਨੂੰ ਹਰ ਪਾਸਿਓ ਹਰ ਵਿਊ ਤੋਂ ਦੇਖ ਰਿਹਾ। ਉਹ ਕਹਿੰਦਾ ਕਿ ਸਿੰਘਾਂ ਦੀ ਸੁਲਾਹ ਹੋ ਗਈ ਸੀ ਜਾਂ ਫਿਰ ਸਿੰਘਾਂ ਨੂੰ ਉਹਨਾਂ ਨੇ ਵੇਖਿਆ ਹੀ ਨਹੀਂ ਜਾਂ ਫਿਰ ਸਿੰਘਾਂ ਨੂੰ ਮੌਕਾ ਜਾਣ ਕੇ ਦਿੱਤਾ ਉਹਨਾਂ ਨੇ? ਦੱਸੋ ਕੀ ਗੱਲ ਹੈ? ਹਾਂਜੀ, ਕਹਿ ਪੰਥ ਚੱਕਿਓ ਨਾ ਦਾਵੋ ਪਤਸ਼ਾਹੀ, ਜਾਂ ਫਿਰ ਉਸ ਵੇਲੇ ਸਿੰਘਾਂ ਨੇ ਰਾਜ ਕਰਿਆ ਖਾਲਸਾ ਦਾ ਨਾਰਾ ਨਹੀਂ ਲਾਇਆ ਸੀ? ਸਿੰਘਾਂ ਨੇ ਦਾਅਵਾ ਨਹੀਂ ਕੀਤਾ ਉਸ ਵੇਲੇ ਵੀ ਅਸੀਂ ਪਾਤਸ਼ਾਹੀ ਕਰਾਂਗੇ? ਹੌਲੇ ਹੌਲੇ ਸਾਧ ਬਣ ਕੇ ਵੱਧਦੇ ਰਹੇ ਹੁਣ, ਏਦਾਂ ਵੀ ਹੋ ਸਕਦਾ? ਹਾਂਜੀ, ਕਹਿ ਉਹਨ ਤੈ ਪੰਥ ਭਇਓ ਲੁਕਾਹੀ, ਕੀ ਪੰਥ ਉਹਨਾਂ ਤੋਂ ਲੁੱਕ ਕੇ ਪੈਦਾ ਕੀਤਾ ਗੁਰੂ ਸਾਹਿਬ ਨੇ, ਛੁਪ ਕੇ ਪੈਦਾ ਕੀਤਾ ਹੈ? ਦੋਹਰਾ ਜਿਮ ਤਿਸ ਉੱਤਰ ਮੈਂ ਦਇਓ, ਸੁਣੋ ਸੋ ਗੁਰ ਸਿੱਖ। ਇਸ ਅੰਗਰੇਜ਼ ਨੇ ਸਵਾਲਾਂ ਦੀ ਪਛਾੜ ਹੀ ਕਰ ਦਿੱਤੀ ਹੈ। ਕਿੰਨੇ ਸਵਾਲ ਕੀਤੇ, ਦੇਖੋ ਕਿੰਨਾ ਤੇਜ਼ ਦਿਮਾਗ ਅੰਗਰੇਜ਼ ਦਾ, ਹਰ ਪੱਖ ਤੋਂ ਦੇਖਦਾ, ਕਹਿੰਦਾ ਦੱਸੋ ਇਹ ਕਿਵੇਂ ਹੋ ਗਿਆ? ਕਿਆ ਸਿੰਘ ਲੁੱਕ ਕੇ ਪੈਦਾ ਹੋਏ, ਜਾਂ ਸਿੰਘਾਂ ਨੂੰ ਦੇਖਿਆ ਨਹੀਂ ਮੁਗਲਾਂ ਨੇ, ਜਾਂ ਸਿੰਘਾਂ ਦੀ ਮੁਗਲਾਂ ਨਾਲ ਸੁਲਾਹ ਸੀ, ਜਾਂ ਹੋਰ ਕੋਈ ਗੱਲ ਸੀ? ਸਾਰੀਆਂ ਗੱਲਾਂ ਦੇ ਜਵਾਬ ਭਾਈ ਰਤਨ ਸਿੰਘ ਇਉਂ ਦਿੰਦੇ ਹਨ। ਜਨਮਤ ਲੁਕਿਓ ਨਾ ਪੰਥ ਯਹ ਸੁਲੈਨ ਜਿਉਂ ਮੁਖ ਦੇਖ। ਉਹ ਕਹਿਣ ਲੱਗੇ ਕੈਪਟਨ ਸਾਹਿਬ ਇਹ ਪੰਥ ਜੰਮਦੇ ਹੀ ਪ੍ਰਗਟ ਹੋ ਗਿਆ ਸੀ, ਇਹ ਲੁਕਣ ਵਾਲਾ ਨਹੀਂ। ਜਿਵੇਂ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ ਨਾ, ਸੂਲਾਂ ਜੰਮਦੀਆਂ ਹੀ ਤਿੱਖੀਆਂ ਹੁੰਦੀਆਂ, ਇਹ ਤਾਂ ਮੁੱਢ ਦੀ ਖੰਡੇ ਦੀ ਧਾਰ ਚੋਂ ਹੀ ਪੈਦਾ ਹੋਏ ਆ, ਲੁਕਣ ਛਿਪਣ ਵਾਲੇ ਕਿੱਥੇ ਆਏ? ਹਾਂਜੀ, ਚਾਉ ਪਈ ਸਿੰਘਣ ਪੰਥ ਕਬ ਲੁਕ ਛਿਪ ਹੋਇਓ। ਉਹ ਕੈਪਟਨ ਸਾਹਿਬ ਇਹ ਕੀ ਕਹਿ ਦਿੱਤਾ ਤੁਸੀਂ? ਇਹ ਸਿੰਘ ਕਦੀ ਲੁਕ ਸਕਦੇ ਆ? ਪੰਥ ਖਾਲਸਾ ਕਦੀ ਲੁਕਿਆ? ਇਹ ਲੁਕ ਛਿਪ ਕੇ ਨਹੀਂ ਪੈਦਾ ਹੋ ਸਕਦਾ ਸੀ। ਸਿੰਘਣ ਪੰਥੂ ਕਬ ਲੁਕੈ ਲੁਕੋਇਓ। ਸਿੰਘਾਂ ਦਾ ਪੰਥ ਲੁਕੋਇਆ ਲੁਕਣ ਵਾਲਾ ਹੀ ਨਹੀਂ ਹੈ। ਸਿੰਘਣ ਪੰਥ ਜੁੱਧ ਕੋ ਭਇਓ। ਇਹ ਤੇ ਸਿੰਘਾਂ ਦਾ ਪੰਥ ਜੁੱਧ ਵਾਸਤੇ ਹੀ ਬਣਿਆ, ਖੰਡੇ ਦੀ ਧਾਰ ਵਿੱਚੋਂ ਇਹਨੂੰ ਪੈਦਾ ਕੀਤਾ, ਇਹਦਾ ਕੰਮ ਹੀ ਖੰਡਾ ਖੜਕਾਣਾ, ਯੁੱਧ ਕਰਨਾ। ਸਿੰਘਣ ਜਨਮ ਸੰਗ ਸ਼ਸਤਰਾਂ ਲਇਓ। ਇਹਨਾਂ ਨੇ ਸ਼ਸਤਰਾਂ ਵਿੱਚੋਂ ਜਨਮ ਲਿਆ ਹੈ, ਤੇਗਾਂ ਤਲਵਾਰਾਂ ਤੀਰਾਂ ਵਿੱਚੋਂ। ਆਹ, ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਚੰਨ ਗੁਜਰੀ ਦਾ ਬੇਪਰਵਾਹ ਤੇਗਾਂ ਤੀਰਾਂ ਨਾਲ ਖੇਡਦਾ।
ਜਮੇ ਹੀ ਪਟਨੇ ਸਾਹਿਬ ਮਹਾਰਾਜ ਕਰਕੇ ਪਾਤਸ਼ਾਹ ਖਿਡੌਣਿਆਂ ਨਾਲ ਨਹੀਂ ਖੇਡੇ, ਤੀਗਾਂ ਤੀਰਾਂ ਨਾਲ ਖੇਡੇ ਆ, ਤੇ ਇਹ ਤੇ ਪੈਦਾ ਹੀ ਖੰਡੇ ਦੀ ਧਾਰ ਚ ਹੋਏ ਨੇ। ਸਿੰਘਣ ਪਾਹੁਲ ਖੰਡੇ ਕੀ ਦਈ, ਉਹ ਖਾਲਸੇ ਨੂੰ ਖੰਡੇ ਦੀ ਪਾਹੁਲ ਦਿੱਤੀ ਹੈ। ਸਿੰਘਣ ਗੁੜਤੀ ਖੰਡੇ ਕੀ ਲਈ, ਜਿਵੇਂ ਜੰਮਦੇ ਬੱਚੇ ਨੂੰ ਗੁੜਤੀ ਦਿੰਦੇ, ਜਿਹਦੀ ਗੁੜਤੀ ਦਈਏ ਨਾ ਉਹਦਾ ਅਸਰ ਹੁੰਦਾ। ਸਿਆਣੇ ਕਹਿੰਦੇ ਆ ਵੀ ਇਹਨੂੰ ਫਲਾਣੇ ਦੀ ਗੁੜਤੀ ਹੈ, ਜੇ ਕੋਈ ਬੰਦਾ ਜਿਹੜਾ ਉਹਦਾ ਸੁਭਾਅ ਬੱਚੇ ਦਾ ਨਿਕਲ ਆਵੇ ਨਾ, ਤੇ ਫਿਰ ਉਹਨੂੰ ਕਹਿੰਦੇ ਸੁਭਾਅ ਕਿੱਥੇ ਗਿਆ, ਕਹਿੰਦੇ ਉਹ ਫਲਾਣੇ ਨੇ ਗੁੜਤੀ ਦਿੱਤੀ ਸੀ ਉਹਦੇ 'ਤੇ ਸੁਭਾਅ ਗਿਆ, ਕਹਿੰਦੇ ਇਹਨਾਂ ਨੂੰ ਖੰਡੇ ਨੇ ਗੁੜਤੀ ਦਿੱਤੀ ਆ।